ਅਜਿਹੀਆਂ ਖੂਨੀ ਖੇਡਾਂ ਜਿਹੜੀਆਂ ਨੇ ਇਹ ਖੇਡੀਆਂ ਜਾ ਰਹੀਆਂ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ, ਅਤੇ ਸਵਾਲ ਖੜ੍ਹੇ ਹੁੰਦੇ ਨੇ। ਇੰਡੀਆ ਨਿਊਜ਼ ਪੰਜਾਬ ਸਵਾਲ ਜਿਹੜੇ ਖੜ੍ਹੇ ਕਰ ਰਿਹਾ ਕਿ ਜੇਲ੍ਹਾਂ ਦੇ ਅੰਦਰ ਗੈਂਗਸਟਰਵਾਦ ਜਿਹੜਾ ਉਹ ਭਾਰੂ ਹੈ। ਸਵਾਲ ਇਹ ਖੜ੍ਹਾ ਹੁੰਦਾ ਕਿ ਪੁਖਤਾ ਪ੍ਰਬੰਧਾਂ ਦੀ ਜੇਲ੍ਹਾਂ ਦੇ ਅੰਦਰ ਘਾਟ ਹੈ, ਕਮੀ ਹੈ, ਕਿ ਇੰਟੈਲੀਜੈਂਸ ਵਿੰਗ ਫੇਲ ਸਾਬਿਤ ਹੋਇਆ ਜਾਂ ਹੈ ਹੀ ਨਹੀਂ, ਫੇਲ ਤਾਂ ਮੰਨੀਏ ਜੇ ਹੋਵੇ, ਇਹ ਵੀ ਜਾਣਨ ਦੀ ਲੋੜ ਹੈ। ਕਿਉਂ ਜੇਲ੍ਹਾਂ ਦੇ ਅੰਦਰ ਕੈਦੀਆਂ ਦੇ ਭਿੜਨ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ, ਕਿਉਂ ਪੁਲਿਸ ਅਤੇ ਜੇਲ੍ਹ ਪ੍ਰਸ਼ਾਸਨ ਦੇ ਦਾਅਵੇ ਖੋਖਲੇ ਸਾਬਿਤ ਹੋ ਰਹੇ ਨੇ, ਇਹ ਸਵਾਲ ਖੜ੍ਹੇ ਹੋ ਰਹੇ ਨੇ ਅੱਜ ਕਿ ਜੇਲ੍ਹਾਂ ਦੇ ਅੰਦਰ ਗੈਂਗਸਟਰਵਾਦ ਯਾਨੀ ਮਾਫੀਆ ਯਾਨੀ ਉਹਨਾਂ ਦਾ ਨੈਕਸਸ ਜਿਹੜਾ ਹੈ ਕਿ ਅਜੇ ਵੀ ਕਾਇਮ ਹੈ। ਸੋ ਅਜਿਹੇ ਹਾਲਾਤਾਂ ਦੇ ਵਿੱਚ ਜਿਹੜਾ ਹੈ ਸਵਾਲ ਖੜ੍ਹੇ ਹੋ ਜਾਂਦੇ ਨੇ, ਕਿਉਂਕਿ ਨਾਭਾ ਦੇ ਵਿੱਚ ਮਹਿੰਦਰਪਾਲ ਬਿੱਟੂ ਦਾ ਕਤਲ ਕਰ ਦਿੱਤਾ ਜਾਂਦਾ, ਉਸ ਤੋਂ ਬਾਅਦ ਕੈਦੀ ਫਿਰੋਜ਼ਪੁਰ ਦੇ ਵਿੱਚ ਪਜਾ ਲਿੱਤੇ ਜਾਂਦੇ ਨੇ, ਉਸ ਤੋਂ ਬਾਅਦ ਜੇਲ੍ਹਾਂ 'ਚ ਮੋਬਾਈਲ ਮਿਲਦੇ ਹੈ, ਜੇਲ੍ਹ ਵਾਰਡਨ ਦੀ ਵਰਦੀਆਂ ਗੈਂਗਸਟਰ ਫਾੜ ਦਿੰਦੇ ਹੈ। ਅਤੇ ਲੁਧਿਆਣੇ ਦੀ ਜੇਲ੍ਹ ਦੀ ਜੋ ਵਾਰਦਾਤ ਅੱਜ ਸਾਹਮਣੇ ਆਈ ਹੈ, ਆਪਸ 'ਚ ਭਿੜ ਰਹੇ ਨੇ ਅਤੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਅਤੇ ਇਹ ਸਾਰਾ ਘਟਨਾਕ੍ਰਮ ਜਿਹੜਾ ਕੈਦੀ ਖੁਦ ਹੀ ਮੋਬਾਈਲ 'ਚ ਅੰਦਰੋਂ ਰਿਕਾਰਡ ਕਰ ਰਹੇ ਨੇ। ਸਮਾਰਟਫੋਨ ਕੈਦੀਆਂ ਕੋਲ ਅੰਦਰ ਨੇ, ਖੁਦ ਹੀ ਜੋ ਹੋ ਰਿਹਾ ਰਿਕਾਰਡਿੰਗ ਕਰ ਰਹੇ ਨੇ ਅਤੇ ਬਾਹਰ ਉਹ ਭੇਜ ਰਹੇ ਨੇ। ਸੋ ਕਿਵੇਂ ਸਮਝੀਏ ਕਿ ਜੇਲ੍ਹਾਂ ਮਹਿਫੂਜ਼ ਨੇ, ਜੇਲ੍ਹਾਂ ਦੇ ਅੰਦਰ ਕੈਦੀਆਂ ਨੂੰ ਰੱਖਿਆ ਗਿਆ ਅਤੇ ਕੌਣ ਇਹਨਾਂ ਨੂੰ ਸਾਂਭ ਰਿਹਾ? ਇਹ ਬਹੁਤ ਵੱਡਾ ਸਵਾਲ ਖੜ੍ਹਾ ਹੋ ਜਾਂਦਾ ਜੇਲ੍ਹ ਪ੍ਰਸ਼ਾਸਨ 'ਤੇ। ਸੂਬੇ ਦੇ ਜੇਲ੍ਹ ਮੰਤਰੀ ਕਹਿੰਦੇ ਨੇ ਕਿ ਅਸੀਂ ਰਿਪੋਰਟ ਲਵਾਂਗੇ, ਮੈਂ ਖੁਦ ਜਾਵਾਂਗਾ। ਸੋ ਜੇਲ੍ਹਾਂ ਦੇ ਹਾਲਾਤਾਂ ਦੇ ਉੱਪਰ ਅੱਜ ਮੁੱਦੇ ਦੇ ਵਿੱਚ ਸਵਾਲ ਜੋ ਖੜ੍ਹੇ ਹੋ ਰਹੇ ਨੇ ਉਹ ਚੁੱਕਾਂਗੇ ਅਤੇ ਇਸ ਦੇ ਉੱਪਰ ਖਾਸ ਤੌਰ ਦੇ ਉੱਪਰ ਚਰਚਾ ਵੀ ਕਰਾਂਗੇ। ਖਾਸ ਤੌਰ 'ਤੇ ਮਹਿਮਾਨ ਵੀ ਸਾਡੇ ਨਾਲ ਜੁੜ ਗਏ ਨੇ, ਉਹਨਾਂ ਤਾਰੁਫ ਤੁਹਾਡੇ ਨਾਲ ਕਰਵਾ ਦਿੰਦੇ ਹਾਂ। ਸ਼ਸ਼ੀ ਕਾਂਤ ਸਾਹਿਬ, ਸਾਬਕਾ DGP ਪੰਜਾਬ ਪੁਲਿਸ ਸਾਡੇ ਨਾਲ ਜੁੜ ਗਏ ਨੇ, ਅਰਵਿੰਦ ਮਿੱਤਲ ਜੀ ਭਾਰਤੀ ਜਨਤਾ ਪਾਰਟੀ ਤੋਂ, ਸਿਮਰਨ ਸਹਿਜਪਾਲ ਜੀ ਆਮ ਆਦਮੀ ਪਾਰਟੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਸ਼ਸ਼ੀ ਕਾਂਤ ਜੀ ਹੁਣ ਖੁਦ ਜੁੜੇ ਨੇ, DGP ਰਹੇ ਨੇ, ਜੇਲ੍ਹਾਂ ਸਾਰੀਆਂ ਇਹਨਾਂ ਨੇ ਦੇਖੀਆਂ, ਪਹਿਲਾ ਰਿਐਕਸ਼ਨ ਤੁਹਾਡਾ ਸ਼ਸ਼ੀਕਾਂਤ ਜੀ, ਕਿਸ ਤਰੀਕੇ ਦੇ ਨਾਲ ਹੁਣ ਇਸ ਅੱਜ ਦੀ ਜਿਹੜੀ ਘਟਨਾ ਇਸ ਨੂੰ ਅਸੀਂ ਸਮਝੀਏ, ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਨੇ ਆਖਿਰ ਹੋ ਕੀ ਰਿਹਾ? ਦੇਖੋ, ਅੱਜ ਦੀ ਜਿਹੜੀ ਘਟਨਾ ਹੈਗੀ ਹੈ ਇਹ ਵਾਲੀ, ਜਾਂ ਫਿਰ ਪਹਿਲੇ 2-4 ਜਿਹੜੇ ਹੋਰ ਇੰਸੀਡੈਂਟਸ ਹੋਏ ਹੈਗੇ ਨੇ, ਮਰਡਰ ਹੋ ਗਿਆ, ਕਿਸੇ ਦੀ ਵਰਦੀ ਫਾੜ ਦਿੱਤੀ ਜੀ, ਇਹ ਸਮਾਂ ਬਹੁਤ ਸਮਾਂ ਤੋਂ ਚੱਲ ਰਿਹਾ ਹੈਗਾ। ਅਨਫੋਰਚੁਨੇਟ ਚੀਜ਼ ਹੈਗੀ, ਜਦੋਂ ਮੈਂ ਸਰਵਿਸ ਦੇ ਵਿੱਚ ਸੀ ਮੈਨੂੰ ਪਤਾ ਹੈਗਾ ਹੈ ਕਿ ਇੱਕ ਪਰਟੀਕੁਲਰ ਜੇਲ੍ਹ ਦੇ ਸੁਪਰਿੰਟੈਂਡੈਂਟ ਨੂੰ ਧਮਕੀ ਦਿੱਤੀ ਗਈ ਸੀ ਕਿ ਉਹਦੀ ਟੰਗਾਂ ਭੰਨ ਦੇਣਗੇ, ਕੁਛ ਵਾਰਡਰ ਦੀ ਟੰਗਾਂ ਭਰੀਆਂ ਵੀ ਗਈਆਂ ਸਨ। ਸੋ ਇਹ ਜਿਹੜਾ ਪ੍ਰੋਬਲਮ ਆਉਂਦੀ ਹੈਗੀ ਹੈ ਕਿ ਜਿਹੜੀ ਵੀ ਸਰਕਾਰ ਹੈਗੀ ਹੈ ਸੂਬੇ ਦੀ, ਉਹ ਕਦੇ ਇਸ ਮੁੱਦੇ ਦੇ ਉੱਤੇ ਸੀਰੀਅਸ ਨਹੀਂ ਰਹੀ ਹੈਗੀ ਹੈ, ਚਾਹੇ ਅੱਜ ਦੀ ਸਰਕਾਰ ਹੋਏ ਜਾਂ ਪਹਿਲੇ ਵਾਲੇ ਦੀ ਸਰਕਾਰ ਹੋਏ, ਕਿਉਂਕਿ ਮੈਂ ਨਹੀਂ ਚਾਹੁੰਦਾ ਕੋਈ ਵੀ ਪੋਲੀਟੀਕਲ ਪਾਰਟੀ ਇਹਦੇ 'ਤੇ ਸੀਨਾ ਠੋਕ ਕਰ ਸਿਰਫ ਦੂਜਿਆਂ ਨੂੰ ਦੋਸ਼ ਦੇ। 2011 ਦੇ ਵਿੱਚ ਜਲੰਧਰ ਦੇ ਵਿੱਚ ਇਸ ਤਰ੍ਹਾਂ ਦਾ ਇੰਸੀਡੈਂਟ ਹੋਇਆ ਸੀ, 2012 ਦੇ ਵਿੱਚ ਇਸ ਤਰ੍ਹਾਂ ਦਾ ਇੰਸੀਡੈਂਟ ਹੋਇਆ ਸੀ ਕਪੂਰਥਲੇ, ਔਰ ਜਿਹੜਾ ਮੈਂ ਦੱਸਿਆ ਕਿ ਜਿਹਦੇ ਇੱਕ ਜੇਲ੍ਹ ਸੁਪਰਿੰਟੈਂਡੈਂਟ ਜਿਹੜਾ ਕਿ ਇੱਕ PPS ਆਫਿਸਰ ਸੀ, ਉਹਨੂੰ ਕਿਹਾ ਗਿਆ ਸੀ ਕਿ ਜਿਹੜਾ ਕਿ ਉਸ ਵੇਲੇ CM ਸਾਹਿਬ ਦੇ ਬੜਾ ਨੇੜੇ ਹੁੰਦਾ ਸੀ, ਉਹਨੂੰ ਕਿਹਾ ਗਿਆ ਸੀ ਕਿ ਤੇਰੀ ਲੱਤਾਂ ਭੰਨ ਦੇਵਾਂਗੇ ਜੀ। ਔਰ ਹੁਣ ਜਿਹੜਾ ਹੈਗਾ ਸਿਚੁਏਸ਼ਨ ਲਗਾਤਾਰ ਡੈਟਰੀਓਰੇਟ ਹੁੰਦੀ ਜਾ ਰਹੀ ਹੈ। ਕਾਰਨ ਜਿਹੜੇ ਹੈਗੇ ਨੇ, ਇਹ ਸਮੱਸਿਆ ਕਈ ਵਾਰੀ ਸਟੱਡੀ ਕੀਤੀ ਗਈ ਹੈਗੀ ਹੈ, ਪੰਜਾਬ ਦੀ ਜਿਹੜਾ ਜੇਲ੍ਹ ਵਿਭਾਗ ਹੈਗਾ ਉਹਦੇ 'ਚ ਤੁਹਾਨੂੰ ਇਸ ਤਰ੍ਹਾਂ ਦੀ ਕਿਤਾਬਾਂ ਮਿਲ ਜਾਣਗੀਆਂ, ਚਾਹੇ ਪਟਨਾਗਰ ਸਾਹਿਬ ਦੀ ਰਿਪੋਰਟ ਹੈਗੀ ਹੈ, ਚਾਹੇ ਇਜ਼ਹਾਰ ਸਾਲਮ ਦੀ ਰਿਪੋਰਟ ਹੈਗੀ ਹੈ, MPS ਔਲਖ ਦੀ ਰਿਪੋਰਟ ਹੈਗੀ ਹੈ, ਇਹ ਸਾਰੀ ਰਿਪੋਰਟਾਂ ਜਿਹੜੀ ਹੈਗੀਆਂ ਨੇ ਉੱਥੇ ਕਿਸੇ ਨੇ ਉਹਨੂੰ ਪੜ੍ਹਿਆ ਨਹੀਂ ਕੀ ਕਰਨਾ ਚਾਹੀਦਾ ਹੈਗਾ, ਉੱਥੇ ਸਿਰਫ ਮਿੱਟੀ ਜਿਹੜੀ ਹੈਗੀ ਉਹ ਫਾਂਕ ਰਹੀਆਂ ਹੈਗੀਆਂ ਨੇ ਰਿਪੋਰਟਾਂ।
ਸ਼ਸ਼ੀਕਾਂਤ ਜੀ, ਤੁਸੀਂ ਬੜੀ ਸੱਚਾਈ ਨਾਲ ਗੱਲ ਦੱਸੀ ਕਿ ਰਿਪੋਰਟਾਂ ਹੈਗੀਆਂ ਪਰ ਕਿਸੇ ਨੇ ਪੜ੍ਹਿਆ ਨਹੀਂ, ਪਰ ਅਜਿਹੀ ਸਥਿਤੀ ਤਾਂ ਕਾਫੀ ਡਰਾਵਣੀ ਦਿਖਾਈ ਦਿੰਦੀ ਹੈ। ਜੇਲ੍ਹ ਦੇ ਅੰਦਰ ਹੋ ਕੀ ਰਿਹਾ? ਇਹ ਜੇਲ੍ਹ ਦੇ ਅੰਦਰ ਜਿਹੜਾ ਹੈਗਾ ਹੈ, ਇਸ ਤਰ੍ਹਾਂ ਦੀ ਘਟਨਾਵਾਂ ਹੁੰਦੀਆਂ ਰਹਿੰਦੀਆਂ ਹੈਗੀਆਂ ਨੇ। ਕੁਝ ਸਮਾਂ ਪਹਿਲੇ ਤੁਹਾਨੂੰ ਪਤਾ ਜੇਲ੍ਹ ਤੋਂ ਨਾਭਾ ਹਾਈ ਸਿਕਿਉਰਿਟੀ ਜੇਲ੍ਹ ਤੋਂ ਬੰਦੇ ਨੱਠ ਗਏ ਸਨ। ਬਿਲਕੁਲ ਪ੍ਰੋਬਲਮ ਇਹ ਹੈਗੀ ਹੈ, ਸਾਰਿਆਂ ਤੋਂ ਵੱਡੀ ਜਿਹੜੀ ਮੈਂ ਸਮਝਦਾ ਹੈਗਾ ਹੈ ਕਿ ਜੇਲ੍ਹ ਸਟਾਫ ਹੈਗਾ ਹੈ, ਉਹਨਾਂ ਦੀ ਨਵੀਂ ਭਰਤੀ ਨਹੀਂ ਹੈਗੀ ਹੈ, ਉਹਨਾਂ ਦਾ ਰੋਟੇਸ਼ਨ ਨਹੀਂ ਹੈਗਾ ਹੈ। ਜਦੋਂ ਮੈਂ ਸਰਵਿਸ ਦੇ ਵਿੱਚ ਸੀ, ਮੈਂ 96 ਬੰਦੇ ਜਿਹੜੇ ਹੈਗੇ ਨੇ ਉਹਨਾਂ ਨੂੰ ਟ੍ਰਾਂਸਫਰ ਕੀਤਾ ਸੀ। ਉਹ ਉਸ ਵੇਲੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ 3 ਸਿਟਿੰਗ ਜੱਜਸ ਦੀ ਕਮੇਟੀ ਵੀ ਸੀ, ਉਹਨਾਂ ਨੂੰ ਦੱਸਿਆ ਵੀ ਸੀ। ਉਸ ਕਮੇਟੀ ਨੂੰ ਦੱਸਣ ਦੇ ਬਾਵਜੂਦ ਵੀ ਅੱਧੇ ਘੰਟੇ ਜਾਂ 1 ਘੰਟੇ ਦੇ ਵਿਚਕਾਰ 96 ਟ੍ਰਾਂਸਫਰ ਜਿਹੜੇ ਹੈਗੇ ਨੇ ਉਹ ਸਾਰੇ ਦੇ ਸਾਰੇ ਕੈਂਸਲ ਹੋ ਗਏ ਸਨ। ਪਰ ਇਹ ਜਿਹੜਾ ਜੇਲ੍ਹ ਦੇ ਵਿੱਚ ਹੋਇਆ ਹੈਗਾ, ਇਹ ਸਾਫ਼ ਸ਼ੋਅ ਕਰਦਾ ਹੈਗਾ ਕਿ ਉੱਥੇ ਨੈਕਸਸ ਹੈਗੀ ਹੈ। ਔਰ ਜਿਹੜੀ ਰਿਊਮਰਸ ਫੈਲ ਰਹੀਆਂ ਨੇ ਅੱਜ ਤਰੀਕ 'ਚ ਇਸ ਵੇਲੇ, ਉਹ ਇਹ ਹੈਗੀ ਹੈ ਕਿ ਜੇਲ੍ਹ ਦੇ ਵਿੱਚ ਕੰਸਾਈਨਮੈਂਟ ਆਇਆ ਸੀ ਡਰੱਗਸ ਦਾ, ਇਨਕਲੂਡਿੰਗ ਫਾਰਮਾਸਿਊਟੀਕਲ ਡਰੱਗਸ ਮੰਗਾਇਆ। ਇੱਕ ਗੈਂਗ ਨੇ ਸੀ, ਇੱਕ ਗਰੁੱਪ ਨੇ ਸੀ, ਦੂਜੇ ਗਰੁੱਪ ਨੇ ਉਹਨੂੰ ਮਿਸਐਪਰੋਪਰੀਏਟ ਕਰ ਦਿੱਤਾ, ਇਸ ਗੱਲ 'ਤੇ ਉਹ ਪਿੜ ਗਏ। ਦੱਸੋ ਇਹ ਗੱਲ ਹੈਗੀ, ਇਹਦੇ ਬਾਰੇ ਮੈਂ ਕੈਪਟਨ ਸਾਹਿਬ ਨੂੰ ਵੀ, CM ਸਾਹਿਬ ਨੂੰ ਵੀ ਇੱਕ ਮੈਸੇਜ ਦਿੱਤਾ ਸੀ, ਪਰ ਅਜੇ ਤੱਕ ਰਿਪੋਰਟ ਨਹੀਂ ਆਈ ਹੈਗੀ। ਉਹਨਾਂ ਨੂੰ ਮੈਂ ਕਿਹਾ ਸੀ ਇਹ ਜਿਹੜੀ ਗੱਲ ਹੈਗੀ ਹੈ, ਹੁਣ ਪਾਣੀ ਜਿਹੜਾ ਹੈਗਾ ਸਿਰੋਂ ਟੱਪ ਗਿਆ ਹੈਗਾ, ਇਹਦੇ 'ਚ ਇੱਕ ਜੁਡੀਸ਼ੀਅਲ ਪ੍ਰੋਬ ਕਰੋ ਤੁਸੀਂ, ਜੁਡੀਸ਼ੀਅਲ ਇਨਕੁਆਇਰੀ ਦੇ 'ਚ ਹੋਣੀ ਚਾਹੀਦੀ ਹੈਗੀ ਹੈ। ਅਤੇ ਜਿਹੜਾ ਵੀ ਬੰਦਾ ਰਿਸਪੋਂਸੀਬਲ ਹੈਗਾ ਹੈ, ਚਾਹੇ ਉੱਤੇ ਤੋਂ ਉੱਤੇ ਮੰਤਰੀ ਹੋਏ ਜਾਂ ਥੱਲੇ ਤੋਂ ਥੱਲੇ ਸੰਤਰੀ ਹੋਏ, ਰਾਈਟ, ਜਿਹਦੀ ਵੀ ਰਿਸਪੋਂਸੀਬਿਲਿਟੀ ਹੈਗੀ ਹੈ, ਜਦੋਂ ਤੱਕ ਅਕਾਊਂਟੇਬਿਲਿਟੀ ਨਹੀਂ ਹੋਏਗੀ, ਰਿਸਪੋਂਸੀਬਿਲਿਟੀ, ਇਸ ਤਰ੍ਹਾਂ ਦੀ ਘਟਨਾਵਾਂ ਹੁੰਦੀਆਂ ਰਹਿਣਗੀਆਂ। ਰਾਈਟ, ਸਿਮਰਨ ਜੀ ਕਿਵੇਂ ਵੇਖੀਏ, ਜਿਵੇਂ ਸ਼ਸ਼ੀਕਾਂਤ ਜੀ ਕਹਿ ਰਹੇ ਆ, ਹੁਣ ਤਾਂ ਜਿਹੜਾ ਪਾਣੀ ਹੈ ਸਿਰ ਦੇ ਉੱਪਰੋਂ ਲੰਘ ਗਿਆ। ਗੌਰਵ ਜੀ, ਸ਼ਸ਼ੀਕਾਂਤ ਜੀ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਨੇ, ਮੈਂ ਸਾਰੀਆਂ ਗੱਲਾਂ ਨਾਲ ਐਗਰੀ ਹਾਂ ਉਹਨਾਂ ਦੇ ਨਾਲ, ਕਿਉਂਕਿ ਦੇਖੋ ਇਹ ਥੋੜ੍ਹੇ ਕੁ ਦਿਨਾਂ ਦੇ ਵਿੱਚ ਤੀਜੀ ਘਟਨਾ ਆ ਇਹ ਜਿਹੜੀ ਜੇਲ੍ਹਾਂ ਦੇ ਅੰਦਰ ਹੋਈ ਆ। ਬਿੱਟੂ ਕਤਲਕਾਂਡ ਹੋਇਆ ਪਹਿਲੇ, ਫਿਰ ਉਸ ਤੋਂ ਬਾਅਦ ਬਠਿੰਡੇ ਦੇ ਵਿੱਚ ਗੱਲ ਹੋਈ, ਅਤੇ ਅੱਜ ਇਹ ਲੁਧਿਆਣਾ ਦੇ ਵਿੱਚ ਇਹ ਹੋ ਰਿਹਾ। ਔਰ ਇਹ ਸਭ ਤੋਂ ਵੱਡੀ ਗੱਲ ਇਹ ਇਹਨਾਂ ਨੂੰ ਪੁੱਛਣ ਵਾਲੀ ਹੈ, ਜੇਲ੍ਹ ਮੰਤਰੀ ਸਾਹਿਬ ਨੂੰ ਆਪਾਂ ਪੁੱਛਣਾ ਚਾਹੁੰਦੇ ਹਾਂ ਵੀ ਜੇਲ੍ਹਾਂ ਦੇ ਵਿੱਚ ਮੋਬਾਈਲ ਕੀ ਕਰਦੇ ਨੇ ਆਪਣੇ ਜਿਹੜੇ ਕੈਦੀ ਨੇ, ਜਾਂ ਨਸ਼ਾ ਉਹਨਾਂ ਦੇ ਕੋਲ ਕਿੱਥੋਂ ਆਉਂਦਾ, ਇਹ ਸਾਰੀਆਂ ਚੀਜ਼ਾਂ ਦੇ ਉੱਤੇ ਕੋਈ ਧਿਆਨ ਦੇਣ ਵਾਲਾ ਮੈਨੂੰ ਲੱਗਦਾ ਵੀ ਕੋਈ ਹੈ ਹੀ ਨਹੀਂ, ਤਾਂ ਫਿਰ ਵਾਕਈ ਗੱਲ ਸਹੀ ਹੈ ਵੀ ਅਸਤੀਫਾ ਮੰਗਣ ਦੀ ਲੋੜ ਨਹੀਂ ਉਹਨਾਂ ਨੂੰ, ਆਪਣੇ ਆਪ ਹੀ ਦੇ ਦੇਣਾ ਚਾਹੀਦਾ, ਕਿਉਂਕਿ ਉਹਨਾਂ ਦੇ ਹੱਥ 'ਚ ਹੈ ਹੀ ਨਹੀਂ ਕੁਛ ਵੀ। ਠੀਕ ਗੱਲ ਹੈ, ਇੰਨਾ ਕੁਛ ਲਾਈਵ ਵੀਡੀਓ ਆਪਾਂ ਹੁਣੇ ਦੇਖ ਰਹੇ ਹਾਂ ਵੀ ਲਗਾਤਾਰ ਫਾਇਰਿੰਗ ਚੱਲ ਰਹੀ ਹੈ, 6 ਕੈਦੀ ਭੱਜ ਗਏ ਨੇ ਜੇਲ੍ਹ ਦੇ ਵਿੱਚੋਂ, 2 ਦੀ ਡੈਥ ਹੋ ਗਈ ਹੈ, 2 ਮਰ ਗਏ ਨੇ ਕੈਦੀ, ਉਹਦੀ ਜ਼ਿੰਮੇਵਾਰੀ ਕੌਣ ਲਊਗਾ? ਕਿਹਦੀ ਜ਼ਿੰਮੇਵਾਰੀ ਹੈ ਉਸ, ਜੇ ਅਗਰ ਜੇਲ੍ਹ ਮੰਤਰੀ ਨੂੰ ਆਪਾਂ ਇਹਨਾਂ ਨੂੰ ਪੁੱਛਦੇ ਹਾਂ, ਤਾਂ ਕਾਨੂੰਨ ਕਿੱਥੇ ਹੈਗਾ ਆ? ਆਪਾਂ ਪਿੱਛੇ ਜੇ ਵੀ ਇੱਕ ਵੀਡੀਓ ਦੇਖੀ ਸੀਗੀ ਵੀ ਤੰਬਾਕੂ ਦੀਆਂ ਪੁੜੀਆਂ ਅੰਦਰ ਕਿਵੇਂ ਜਾਂਦੀਆਂ ਨੇ, ਕਿਵੇਂ ਸਾਰਾ ਨਸ਼ਾ ਅੰਦਰ ਪਹੁੰਚਦਾ ਆ, ਇਹ ਸਾਰੀਆਂ ਗੱਲਾਂ ਦੇ ਉੱਤੇ ਕਿਹਨੇ ਧਿਆਨ ਦੇਣਾ ਆ? ਅਗਰ ਇਹਨਾਂ ਲੋਕਾਂ ਨੇ ਧਿਆਨ ਹੀ ਨਹੀਂ ਦੇਣਾ, ਤਾਂ ਫਿਰ ਆਪਾਂ ਕਿ ਜੇਲ੍ਹ 'ਤੇ ਅੱਜ ਕੱਲ੍ਹ ਕਹਿ ਲਓ ਕਿ VIP ਇੱਕ ਕੋਠੀਆਂ ਬਣੀਆਂ ਹੋਈਆਂ ਨੇ ਅੰਦਰ, ਅਗਰ ਅੰਦਰ ਜਾ ਕੇ ਵੀ ਸਾਨੂੰ ਸਾਰੀਆਂ ਫੈਸਿਲਿਟੀਆਂ ਮਿਲੀ ਜਾਣੀਆਂ ਨੇ। ਹਾਂ, ਆਰਾਮ ਕਰਨ ਲਈ ਇਹ ਸੁਧਾਰ ਘਰ ਨਹੀਂ ਹੈਗਾ, ਇਹ ਆਰਾਮ ਘਰ ਕਿਹਾ ਜਾ ਸਕਦਾ ਵੀ ਉੱਥੇ TV, ਜਿਹੜਾ ਕੈਦੀ ਹਾਈਫਾਈ ਇੱਕ ਜਾਂਦਾ ਉੱਥੇ, ਉਹਦੇ ਲਈ TV ਦੀ ਫੈਸਿਲਿਟੀ ਵੀ ਦਿੱਤੀ ਜਾਂਦੀ ਹੈ, ਉਹਨੂੰ ਕੱਪੜਾ ਲੱਤਾ ਵੀ ਬਾਹਰੋਂ ਵੀ, ਮੈਂ ਦੱਸਣਾ ਚਾਹੁੰਦੀ ਹਾਂ, ਬਾਹਰ ਜਾ ਕੇ ਸ਼ੋਪਿੰਗ ਕਰਨ ਤੱਕ ਦਾ ਵੀ ਉਹਨੂੰ ਪੂਰੀ ਖੁੱਲ ਹੈਗੀ ਹੈ ਵੀ ਉਹ ਜਾ ਕੇ ਪੈਸੇ ਕੁਛ ਦੇ ਕੇ ਤਾਂ ਉਹ ਬਾਹਰ ਵੀ ਜਾ ਸਕਦਾ ਬੜੇ ਆਰਾਮ ਦੇ ਨਾਲ, ਅਤੇ ਅੰਦਰ 'ਤੇ ਜਿਹੜੀਆਂ ਫੈਸਿਲਿਟੀਆਂ ਹੈਗੀਆਂ ਉਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਮੋਬਾਈਲ ਵੀ ਯੂਜ਼ ਕਰ ਸਕਦਾ ਆ ਆਰਾਮ ਨਾਲ, ਉਹਨੂੰ ਰਹਿਣ ਲਈ, ਖਾਣ ਲਈ ਸਭ ਕੁਛ ਵਧੀਆ, ਬਾਹਰੋਂ ਆਰਡਰ ਵੀ ਆ ਜਿੱਥੋਂ ਮਰਜ਼ੀ, ਅੱਜ ਕੱਲ੍ਹ ਜੇ ਅਗਲਾ ਕੋਲ ਮੋਬਾਈਲ ਹੈਗੇ ਤਾਂ ਮੈਨੂੰ ਲੱਗਦਾ ਵੀ ਬਾਹਰੋਂ ਜੋ ਕੁਛ ਮਰਜ਼ੀ ਮੰਗਾ ਸਕਦੇ ਆ ਉਹ।
ਜਾਂ ਕੁਛ ਵੀ ਕਿਤੇ ਵੀ ਕੁਛ ਵੀ ਕਰ ਸਕਦੇ ਆ, ਕੀ ਨਹੀਂ ਹੋ ਸਕਦਾ ਅੰਦਰ? ਮਿੱਤਲ ਸਾਹਿਬ, ਤਾਂ ਇਹਨਾਂ ਦੀ ਜ਼ਿੰਮੇਦਾਰੀ ਕਿਹਦੀ ਹੈਗੀ ਆ? ਜੇ ਆਪਾਂ ਕੈਪਟਨ ਸਰਕਾਰ ਨੂੰ ਕਹੀਏ ਤਾਂ ਕੈਪਟਨ ਸਰਕਾਰ ਆਪਣੀ ਆਪਣੇ ਕੈਪਟਨ ਸਾਹਿਬ ਜਿਹੜੇ ਨੇ ਉਹਨਾਂ ਨੂੰ ਹੁਣ ਇਹ ਰਿਪੋਰਟਾਂ ਮੰਗਾਉਂਦੇ ਨੇ? ਜੇ ਹੁਣ ਸ਼ਸ਼ੀ ਕਾਂਤ ਜੀ ਨੇ ਕਿਹਾ ਕਿ 2011 ਦੇ ਵਿੱਚ ਜਲੰਧਰ ਦੇ ਵਿੱਚ ਕਪੂਰਥਲਾ ਦੇ ਵਿੱਚ ਇਹ ਗੱਲਾਂ ਪਹਿਲੇ ਵੀ ਹੋ ਚੁੱਕੀਆਂ ਨੇ, ਫਿਰ ਉਸ ਤੋਂ ਬਾਅਦ ਜਿਹੜੀਆਂ ਸਰਕਾਰਾਂ ਆਉਂਦੀਆਂ ਨੇ ਉਹਨਾਂ ਦੇ ਫਿਰ ਉਹਨਾਂ ਦੇ ਮਤਲਬ ਇੱਥੋਂ ਸੁੱਤੇ ਪਏ ਨੇ ਉਹ, ਉਹਨਾਂ ਨੂੰ ਕੋਈ ਸਮਝ ਨਹੀਂ ਆਉਂਦੀ ਹੈਗੀ ਵੀ ਹਾਂ ਵੀ ਅਸੀਂ ਇਹਨਾਂ ਚੀਜ਼ਾਂ ਦੇ ਉੱਤੇ ਧਿਆਨ ਦੇਈਏ। ਜਦ ਕੋਈ ਕਹਿੰਦੇ ਹੁੰਦੇ ਆ ਸਿਰ ਤੇ ਪੈਂਦੀ ਆ ਉਦੋਂ ਹੀ ਆਪਾਂ ਕਿਉਂ ਜਾਗਦੇ ਆ? ਅਜਿਹਾ ਹਮੇਸ਼ਾ ਹੀ ਹੁੰਦਾ, ਅਜਿਹਾ ਹਮੇਸ਼ਾ ਹੀ ਹੁੰਦਾ, ਜਦੋਂ ਹੋ ਜਾਂਦਾ ਫਿਰ ਰਿਪੋਰਟਾਂ ਮੰਗਦੇ ਆ, ਫਿਰ ਦੌਰੇ ਕਰਨਾ ਸ਼ੁਰੂ ਕਰ ਦਿੰਦੇ ਆ, 4-5 ਦਿਨ ਦੇ ਲਈ ਮਾਮਲਾ ਜਿਹੜਾ ਗਰਮਾਇਆ ਰਹਿੰਦਾ, ਫਿਰ ਠੰਡਾ ਹੋ ਜਾਂਦਾ, ਫਿਰ ਰੂਟੀਨ ਬਣ ਜਾਂਦਾ ਉਹ। ਬਿਲਕੁਲ ਮਿੱਤਲ ਸਾਹਿਬ ਕਿਵੇਂ ਸਮਝੀਏ CRPF ਦੀਆਂ 3 ਕੰਪਨੀਆਂ ਹੁਣੇ ਜਿਹੜੀ ਹੈ, ਅਸੀਂ ਤਾਂ ਲੈਟਰ ਵੀ ਵਿਖਾਈ ਹੈ, ਕੱਲ੍ਹ ਜਿਹੜੀਆਂ ਆਦੇਸ਼ ਜਾਰੀ ਹੋਏ ਆ। ਇਸ ਤੋਂ ਪਹਿਲਾਂ ਰੰਧਾਵਾ ਸਾਹਿਬ ਕਹਿ ਰਹੇ ਕੇਂਦਰ ਨੂੰ ਕਿੰਨੀ ਵਾਰ ਕਿਹਾ ਕਿ ਮਦਦ ਕਰ ਦਿਓ, ਕੇਂਦਰ ਜਿਹੜਾ ਮਦਦ ਹੱਥ ਵਧਾਉਂਦਾ ਹੀ ਨਹੀਂ ਅੱਗੇ। ਹੁਣ ਅਸੀਂ ਇਹ ਕੇਂਦਰ ਸਟੇਟ ਵੇਖੀਏ ਜਾਂ ਸਿਰਫ ਜੇਲ੍ਹਾਂ ਦਾ ਪ੍ਰਬੰਧ ਵੇਖੀਏ, ਲੋਕ ਤਾਂ ਇਹ ਜਾਣਨਾ ਚਾਹੁੰਦੇ ਆ ਆਖਿਰ ਹੋ ਕੀ ਰਿਹਾ। ਲੋਕਾਂ ਦਾ ਸਵਾਲ ਸਿਰਫ ਇੱਕ ਹੈ ਕਿ ਇਹ ਕੀ ਹੋ ਰਿਹਾ। ਦੇਖੋ ਗੌਰਵ ਜੀ, ਕੇਂਦਰ ਕੋਲੋਂ ਮਦਦ ਮੰਗੀ, ਕੇਂਦਰ ਨੇ 3 ਬਟਾਲੀਅਨਸ ਦੇ ਦਿੱਤੀਆਂ, ਉਹ ਇੱਕ ਡਿਫਰੈਂਟ ਇਸ਼ੂ ਹੈ। ਉਹ ਪ੍ਰਬੰਧ ਦੇ ਵਿੱਚ ਹੋਰ ਫੋਰਸਿਸ ਚਾਹੀਦੀਆਂ, ਇਹ ਕੋਈ ਨਵੀਂ ਗੱਲ ਨਹੀਂ ਹੈ, ਇਹ ਬੜੀ ਦੇਰ ਤੋਂ ਚੱਲੀ ਆ ਰਹੀ ਹੈ। ਔਰ ਉਸ ਫੋਰਸਿਸ ਦਾ ਅਰੇਂਜਮੈਂਟ ਸਟੇਟ ਗਵਰਨਮੈਂਟ ਨੇ ਕਰਨਾ ਹੈ, ਆਪਣੀ ਭਰਤੀ ਕਿਉਂ ਨਹੀਂ ਕਰਦੇ? ਕਿਉਂਕਿ ਜੇਲ੍ਹ ਦਾ ਜਿਹੜਾ ਪ੍ਰਬੰਧ ਹੈ, ਜੇਲ੍ਹ ਦਾ ਜਿੱਥੇ ਤੱਕ ਮੈਨੂੰ ਜਿੰਨੀ ਜਾਣਕਾਰੀ ਹੈ, ਸ਼ਸ਼ੀ ਕਾਂਤ ਜੀ ਮੈਨੂੰ ਕਰੈਕਟ ਕਰ ਸਕਦੇ ਹੈ, ਕਿ ਦੋਨਾਂ ਪੁਲਿਸ ਫੋਰਸ ਦਾ ਔਰ ਜੇਲ੍ਹ ਪ੍ਰਬੰਧਨ ਦਾ ਕੈਡਰ ਡਿਫਰੈਂਟ ਹੈ, ਦੋਨਾਂ ਦੀ ਭਰਤੀਆਂ ਡਿਫਰੈਂਟ ਹੈ, ਜੇ ਮੈਂ ਠੀਕ ਕਹਿ ਰਿਹਾ ਤਾਂ। ਔਰ ਇਸ ਕਰਕੇ ਉਹ ਭਰਤੀਆਂ ਪੰਜਾਬ ਸਰਕਾਰ ਨੂੰ ਕਰਨੀ ਚਾਹੀਦੀ ਹੈ। ਮੈਂ ਜਿਹੜਾ ਮੰਤਰੀ ਜੀ ਦਾ ਬਿਆਨ ਸੁਣ ਰਿਹਾ ਸੀ ਮੈਂ, ਤੇ ਮੰਤਰੀ ਜੀ ਬਾਰ ਬਾਰ ਇੱਕੋ ਹੀ ਗੱਲ, ਉਹਨਾਂ ਦਾ ਬਿਆਨ ਦੇਣ ਦੇ ਤੋਂ ਵੀ ਪਤਾ ਲੱਗ ਰਿਹਾ ਸੀ ਕਿ ਉਹਨਾਂ ਨੂੰ ਸਮਝ ਨਹੀਂ ਸੀ ਆ ਰਹੀ ਮੈਂ ਕੀ ਕਹਾਂ। ਉਹ ਇੱਕ ਤਰ੍ਹਾਂ ਦਾ ਅਟਰ ਫੇਲਿਅਰ ਗਵਰਨਮੈਂਟ ਦਾ ਔਰ ਮਿਨਿਸਟਰ ਅਨਏਬਲ ਟੂ ਆਨਸਰ, ਇਹ ਬੜਾ ਸਪਸ਼ਟ ਤੌਰ ਤੇ ਨਜ਼ਰ ਆ ਰਿਹਾ ਸੀ। ਇੱਕੋ ਹੀ ਗੱਲ ਕਰੀ ਜਾਂਦੇ ਸੀ ਬਾਰ ਬਾਰ ਕਿ ਇੰਟੈਲੀਜੈਂਸ ਸਾਡਾ ਹੋਣਾ ਚਾਹੀਦਾ ਇੰਟੈਲ। ਮੈਂ ਪੁੱਛਣਾ ਚਾਹੁੰਦਾ, ਕਿਆ ਜੇਲ੍ਹ ਪ੍ਰਬੰਧਨ ਦੇ ਅੰਦਰ ਉਹ ਇਹ ਕਹਿਣਾ ਚਾਹੁੰਦੇ ਆ ਕਿ ਪੰਜਾਬ ਸਰਕਾਰ ਦਾ ਕੋਈ ਇੰਟੈਲੀਜੈਂਸ ਵਿੰਗ ਕੰਮ ਨਹੀਂ ਕਰਦਾ? ਕਿਆ ਜੇਲ੍ਹ ਦੇ ਵਿੱਚ ਜਿਹੜੇ ਜਿਹੜੇ ਕੈਦੀ ਬੈਠੇ ਹੈ ਉੱਥੇ ਕੀ ਹੋ ਰਿਹਾ, ਉਹਨਾਂ ਦੀਆਂ ਕਿਆ ਐਕਟੀਵਿਟੀਜ਼ ਹੈ, ਕਿਆ ਇਸ ਦੇ ਉੱਤੇ ਕੋਈ ਇੰਟੈਲੀਜੈਂਸ ਵਿੰਗ ਅੱਜ ਤੱਕ ਕੰਮ ਨਹੀਂ ਸੀ ਕਰ ਰਿਹਾ? ਸਭ ਕੁਝ ਕਰ ਰਿਹਾ, ਜਾਣਕਾਰੀ ਵੀ ਹੈ ਕਿਹੜੇ ਕਿਹੜੇ ਕਿਸ ਤਰੀਕੇ ਦੇ ਗੈਂਗਸਟਰਸ ਅੰਦਰ ਬੈਠੇ ਹੈ ਔਰ ਉਹ ਕੀ ਕੁਛ ਕਰ ਰਹੇ ਹੈ, ਇਹਦੀ ਜਾਣਕਾਰੀ ਵੀ। ਮੈਂ ਕਿਸੇ ਸਰਕਾਰ ਦੀ ਗੱਲ ਨਹੀਂ ਕਰਦਾ, ਚਾਹੇ ਉਹ ਹੁਣ ਦੀ ਸਰਕਾਰ ਹੈ, ਚਾਹੇ ਪਹਿਲੇ ਕੋਈ ਵੀ ਸਰਕਾਰ ਰਹੀ ਹੋਵੇ, ਸਮੇਂ ਸਮੇਂ ਤੇ ਇਹ ਜੇਲ੍ਹਾਂ ਦੇ ਵਿੱਚ ਜੇਲ੍ਹ ਰੂਲਸ ਦਾ ਵਾਇਲੇਸ਼ਨ ਹੁੰਦੀ ਰਹੀ ਹੈ। ਮੋਬਾਈਲ ਫੋਨ, ਨਸ਼ਾ, ਹੋਰ ਸਮਾਨ ਅੰਦਰ ਜਾਂਦਾ ਰਿਹਾ। ਮੈਂ ਸਮਝਦਾ ਕਿ ਜੇ ਜੇਲ੍ਹਾਂ ਦਾ ਪ੍ਰਬੰਧਨ ਨੂੰ ਅਸੀਂ ਠੀਕ ਨਹੀਂ ਕਰ ਸਕਦੇ ਤਾਂ ਜੇਲ੍ਹਾਂ ਬਣਾਉਣ ਦਾ ਮਕਸਦ ਕੀ ਹੈ? ਮਕਸਦ ਜੇਲ੍ਹ ਜਿਹੜੀ ਬਣਾਈ ਜਾਂਦੀ ਹੈ ਉੱਥੇ ਵਰਕ ਕਲਚਰ ਹੋਣਾ ਚਾਹੀਦਾ, ਔਰ ਮੇਰਾ ਖਿਆਲ ਹੈ ਵੀ ਅੱਜ ਦੀ ਤਾਰੀਖ ਦੇ ਵਿੱਚ ਜੇਲ੍ਹਾਂ 'ਚ ਵਰਕ ਕਲਚਰ ਰਿਹਾ ਨਹੀਂ। ਔਰ ਮੈਨੂੰ ਯਾਦ ਹੈ ਪਿਛਲੀ ਸਰਕਾਰ ਵੇਲੇ ਟੈਕਨੀਕਲ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਉੱਥੇ ਅਸੀਂ ਵਿੰਗ ਖੋਲ੍ਹੇ ਸੀ ਕਿ ਉਹਨਾਂ ਨੂੰ ਕੋਈ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਤਹਿਤ ਕੰਮ ਸਿਖਾਏ ਜਾਣ। ਦਿਮਾਗ ਸ਼ੈਤਾਨੀ ਜਿਹੜੇ ਬਣ ਜਾਂਦੇ ਇਹਨਾਂ ਦੇ, ਤੇ ਇਹਨਾਂ ਕੰਮਾਂ ਨੂੰ ਡਰੱਗਸ ਤੇ ਲੜਾਈਆਂ ਝਗੜੇ ਹੀ ਲੱਗੇ ਰਹਿੰਦੇ ਆ। ਸ਼ਸ਼ੀ ਕਾਂਤ ਜੀ, ਜਿਵੇਂ ਮੰਤਰੀ ਸਾਹਿਬ ਕਹਿੰਦੇ ਕਿ ਇੰਟੈਲੀਜੈਂਸ ਨੈਟਵਰਕ ਬਣਾਉਣ ਦੀ ਲੋੜ ਹੈ, ਇਹ ਹੁਣ ਇਹ ਮੰਨ ਕੇ ਚੱਲੀਏ ਕਿ ਇੰਟੈਲੀਜੈਂਸ ਨੈਟਵਰਕ ਜਿਹੜਾ ਹੈਗਾ ਸਾਡੇ ਜੇਲ੍ਹ ਪ੍ਰਸ਼ਾਸਨ ਦਾ ਹੈ ਹੀ ਨਹੀਂ? ਦੇਖੋ, ਜੇਲ੍ਹ ਪ੍ਰਸ਼ਾਸਨ ਦਾ ਆਪਣਾ ਇੰਟੈਲੀਜੈਂਸ ਸੈਟਅਪ ਹੋਣਾ ਚਾਹੀਦਾ ਹੈਗਾ,
ਜਿਹੜੀ ਪੰਜਾਬ ਸਰਕਾਰ ਦੇ ਇੰਟੈਲੀਜੈਂਸ ਵਿੰਗ ਹੈਗੀ ਹੈ, ਨੈਚੁਰਲੀ ਉਹ ਜਾ ਕੇ ਕੈਦੀ ਜਿਹੜੇ ਹੈਗੇ ਨੇ ਪ੍ਰਿਜ਼ਨਰਸ ਉਹਨਾਂ ਦੇ ਨਾਲ ਨਾ ਤਾਂ ਜਾ ਕੇ ਫਰੀ ਇੰਟਰੈਕਸ਼ਨ ਕਰ ਸਕਦੇ ਹੈਗੇ ਨੇ, ਨਾ ਉਹ ਜੇਲ੍ਹ ਦੇ ਵਿੱਚ ਹੁੰਦੇ ਨੇ। ਜੇਲ੍ਹ ਦੇ ਵਿੱਚ ਇੱਕ ਸਿਸਟਮ ਹੈਗਾ ਵਾਰਡਰਸ ਦਾ, ਇਹ ਵਾਰਡਰ ਜਿਹੜੇ ਹੈਗੇ ਨੇ ਇਹਨਾਂ ਨੂੰ ਐਕਸਟਰਾ ਫੈਸਿਲਿਟੀਜ਼ ਦਿੱਤੀਆਂ ਜਾਂਦੀਆਂ ਨੇ, ਔਰ ਇਹ ਜੇਲ੍ਹ ਸਰਕਾਰ ਜਿਹੜੀ ਹੈਗੀ ਹੈ, ਜੇਲ੍ਹ ਐਡਮਿਨਿਸਟ੍ਰੇਸ਼ਨ ਜਿਹੜਾ ਹੈਗਾ ਉਹਦੇ ਕੰਨ ਅਤੇ ਅੱਖ ਜਿਹੜੇ ਹੈਗੇ ਨੇ ਇਸ ਤਰ੍ਹਾਂ ਕੰਮ ਕਰਦੇ ਹੈਗੇ ਨੇ, ਨਿੱਕੀ ਨਿੱਕੀ ਘਟਨਾ ਜਿਹੜੀ ਹੈਗੀ ਜਾ ਕਰਕੇ ਉਹਨਾਂ ਦਾ ਕੰਮ ਹੁੰਦਾ ਰਿਪੋਰਟ ਕਰਨ ਜੇਲ੍ਹ ਪ੍ਰਸ਼ਾਸਨ ਜਿਹੜਾ ਹੈਗਾ ਉਹਦੇ ਕੋਲ। ਪਰ ਸਿਸਟਮ ਜਿਸ ਤਰ੍ਹਾਂ ਮੰਤਰੀ ਜੀ ਨੇ ਵੀ ਕਿਹਾ ਹੈਗਾ ਕਿ ਹੁਣ ਵਰਕ ਕਲਚਰ ਨਹੀਂ ਰਿਹਾ ਹੈਗਾ, ਵਰਕ ਕਲਚਰ ਦੀ ਗੱਲ ਦੱਸਾਂ ਕਿ ਇੱਕ ਵਾਰੀ ਫਰੀਦਕੋਟ ਜੇਲ੍ਹ 'ਚ ਇੱਕ ਪ੍ਰਿਜ਼ਨਰ ਹੁੰਦਾ ਸੀ, ਬੜਾ ਤਕੜਾ ਗੈਂਗਸਟਰ ਸੀ, ਜਿਸ ਵੀ ਪੋਲੀਟੀਸ਼ੀਅਨ ਨੂੰ ਆਪਣੀ ਕੋਈ ਜ਼ਮੀਨ ਕਾਬੂ ਕਰਨੀ ਹੈਗੀ ਹੈ ਜਾਂ ਛੁਡਵਾਉਣੀ ਹੈਗੀ ਹੈ, ਉਹ ਸਿਫਾਰਿਸ਼ ਆਉਂਦੀ ਸੀ ਇਹਨੂੰ ਇਸ ਜੇਲ੍ਹ 'ਚ ਟ੍ਰਾਂਸਫਰ ਕਰ ਦਿਓ, ਉਹ ਫੋਨ ਦੇ ਉੱਤੇ ਬੈਕ ਕਰਕੇ ਉਹਨੂੰ ਟ੍ਰਾਂਸਫਰ ਕਰਦਾ ਸੀ। ਉਹਦੇ ਖਾਣ ਲਈ ਬਾਹਰੋਂ ਖਾਣਾ ਆਉਂਦਾ ਸੀ, ਸਾਰੀ ਫੈਸਿਲਿਟੀਜ਼ ਆਉਂਦੀਆਂ ਨੇ। ਇੱਕ ਹੋਰ ਨਾਮੀ ਗ੍ਰਾਮੀ ਜਿਹੜਾ ਕ੍ਰਿਮੀਨਲ ਸੀ ਉਹਦੇ ਬਾਰੇ ਆਇਆ ਸੀ, ਉਹਦੇ ਬਾਅਦ ਰੇਡ ਵੀ ਹੋਇਆ ਸੀ ਹਾਈ ਕੋਰਟ ਵੱਲੋਂ, ਉਹਦਾ ਖਾਣਾ ਆਉਂਦਾ ਸੀ ਇੱਕ ਲੋਕਲ 5-star ਹੋਟਲ ਤੋਂ, ਕਾਫੀ ਉਹਦੇ 'ਚ ਪੰਗਾ ਪਿਆ ਸੀ। ਇੱਕ ਹੋਰ ਕੋਈ ਸੀ ਕੋਈ ਅੰਦਰ ਜੇਲ੍ਹ ਦੇ ਵਿੱਚ, ਯੂ ਵੋਂਟ ਬਿਲੀਵ ਬਟ ਇਟਸ ਅ ਫੈਕਟ, ਉਹਦੇ ਲਈ AC ਲੱਗਿਆ ਸੀ ਵਿਦ ਇਨ ਦਾ ਜੇਲ੍ਹ ਪ੍ਰੈਮਿਸਿਸ। ਅਬ ਜਦੋਂ ਤੱਕ ਬਿਲਕੁਲ ਠੀਕ ਗੱਲ ਕੀਤੀ ਮੰਤਰੀ ਜੀ ਨੇ, ਜਦੋਂ ਤੱਕ ਇੱਕ ਵਰਕ ਕਲਚਰ ਨਹੀਂ ਆਏਗਾ ਔਰ ਰਿਸਪੋਂਸਿਬਿਲਿਟੀ ਨਹੀਂ ਆਏਗੀ, ਅਕਾਊਂਟੇਬਿਲਿਟੀ ਨਹੀਂ ਆਏਗੀ, ਤਾਂ ਇਸ ਤਰ੍ਹਾਂ ਦੀ ਗੱਲਾਂ ਜਿਹੜੀ ਹੈਗੀਆਂ ਨੇ ਅਨਫੋਰਚੁਨੇਟਲੀ ਹੁੰਦੀਆਂ ਰਹਿੰਦੀਆਂ ਨੇ। ਅਬ ਬੰਦਾ ਜਿਹੜਾ ਹੈਗਾ ABC ਜਿਹੜਾ ਜੇਲ੍ਹ ਪ੍ਰਸ਼ਾਸਨ ਦਾ ਹੋਏ ਚਾਹੇ ਬਾਹਰਲੇ ਪ੍ਰਸ਼ਾਸਨ ਦਾ ਹੋ, ਉਹਨੂੰ ਕੀ ਚਾਹੀਦਾ ਹੈਗਾ, ਇੱਕ ਚੰਗੀ ਨੌਕਰੀ ਮਿਲ ਜਾਏ, ਚੰਗੀ ਪੋਸਟਿੰਗ ਮਿਲ ਜਾਏ ਜਿਹਦੇ 'ਚ ਬਹਿ ਕੇ ਜਾਂ ਤਾਂ ਆਰਾਮ ਕਰੇ ਜਾਂ ਉਹਦਾ ਆਪਣਾ ਡਿਗਨਿਟੀ ਹੋਏ ਜਾਂ ਉਹਦੇ ਬਹਿ ਕੇ ਚੰਗੇ ਪੈਸੇ ਕਮਾ ਸਕੇ, ਉਸ ਕੰਮ ਲਈ ਕੁਛ ਵੀ ਕਰਨ ਨੂੰ ਤਿਆਰ ਹੈਗਾ। ਅਕਾਊਂਟੇਬਿਲਿਟੀ ਆਏਗੀ ਤਾਂ ਸਿਸਟਮ ਜਿਹੜਾ ਹੈਗਾ ਰਾਹ ਦੇ ਉੱਤੇ ਆਏਗਾ, ਅਦਰਵਾਈਜ਼ ਪ੍ਰੋਬਲਮ ਵਿਲ ਰਿਮੇਨ। ਕ੍ਰਿਸ਼ਨ ਜੀ ਵੀ ਜੁੜ ਗਏ ਨੇ, ਕ੍ਰਿਸ਼ਨਪਾਲ ਸ਼ਰਮਾ ਜੀ ਸ਼੍ਰੋਮਣੀ ਅਕਾਲੀ ਦਲ ਤੋਂ। ਕ੍ਰਿਸ਼ਨ ਜੀ, ਜੋ ਸ਼ਸ਼ੀ ਕਾਂਤ ਜੀ ਕਹਿ ਰਹੇ ਆ, ਵਰਕ ਕਲਚਰ ਤਾਂ ਹੈ ਨਹੀਂ, ਫੈਸਿਲਿਟੀਆਂ ਵੱਖ ਵੱਖ ਸਰਕਾਰਾਂ ਨੇ ਗੈਂਗਸਟਰਾਂ ਨੂੰ ਦਿੱਤੀਆਂ ਹੋਈਆਂ ਸੀ। AC 'ਚ ਵੀ ਬੈਠਦੇ ਨੇ, ਅੰਦਰ ਬੈਠ ਕੇ 5-star ਦਾ ਖਾਣਾ ਵੀ ਇਹ ਖਾਂਦੇ ਆ, ਇਹਨਾਂ ਲਈ ਡਰੱਗਸ ਵੀ ਆਉਂਦੇ, ਇਹਨਾਂ ਲਈ ਹਥਿਆਰ ਵੀ ਆਉਂਦੇ ਆ, ਇਹਨਾਂ ਨੂੰ ਸਮਾਰਟਫੋਨ ਵੀ ਮਿਲਦੇ ਆ, ਅਤੇ ਫਿਰ ਰਹਿ ਕੀ ਗਿਆ? ਫਿਰ ਬਾਹਰ ਨਾਲੋਂ ਤਾਂ ਅੰਦਰ ਠੀਕ ਹੈ, ਇਹ ਅੰਦਰ ਬਹਿ ਕੇ ਆਪਣਾ ਇਲੀਗਲ ਕੰਮ ਲੀਗਲ ਤਰੀਕੇ ਨਾਲ ਚਲਾ ਲੈਣਗੇ, ਕੋਈ ਸ਼ੱਕ ਵੀ ਨਹੀਂ ਕਰੇਗਾ। ਅਜਿਹਾ ਹਾਲ ਹੈ ਮੈਂ ਸਾਡੇ ਪੰਜਾਬ ਦਾ। ਸ਼ਰਮਾ ਜੀ, ਆਵਾਜ਼ ਮਿਲ ਪਾ ਰਹੀ ਹੈ ਤੁਹਾਨੂੰ? ਲੱਗਦਾ ਸੰਪਰਕ ਕੱਟ ਗਿਆ। ਸਤਿ ਸ਼੍ਰੀ ਅਕਾਲ ਜੀ, ਇਹ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਕਿਸ ਤਰੀਕੇ ਦੇ ਨਾਲ ਸਾਰੀ ਫੈਸਿਲਿਟੀਆਂ ਤਾਂ ਅੰਦਰ ਬੈਠੇ ਬੈਠੇ ਮਿਲ ਹੀ ਰਹੀਆਂ, ਮੁਹੱਈਆ ਹੋ ਰਹੀਆਂ, ਅਤੇ ਇਹ ਮੰਨ ਕੇ ਚੱਲੀਏ ਕਿ ਜਿਨ੍ਹਾਂ ਦੇ ਉੱਪਰ ਹੱਥ ਹੁੰਦਾ ਸਰਕਾਰਾਂ ਦਾ ਤਾਂ ਹੀ ਪੋਸੀਬਲ ਹੁੰਦਾ। ਸਾਜ ਦੇ ਵਰਨਾ ਕਿਹੜਾ ਗਵਰਨਮੈਂਟ ਸਰਵੈਂਟ ਹੈਗਾ ਜੇ ਉਹਨੂੰ ਡਰ ਹੈਗਾ ਆਪਣੀ ਨੌਕਰੀ ਦਾ ਇਸ ਤਰ੍ਹਾਂ ਕੰਮ ਕਰੇਗਾ? ਉਹਨੂੰ ਵੀ ਕੋਈ ਚੰਗੀ ਪੋਸਟਿੰਗ ਚਾਹੀਦੀ ਹੈਗੀ ਹੈ ਜਿੱਥੇ ਪੈਸਾ ਬਣਦਾ ਹੈਗਾ ਜਾਂ ਆਰਾਮ ਹੈਗਾ ਜਾਂ ਪੋਜੀਸ਼ਨ ਹੈਗੀ ਹੈ, ਪਰ ਉੱਥੇ ਤਾਂ ਹੀ ਰਹਿ ਸਕਦਾ ਜਦੋਂ ਉਹਦੇ ਉੱਤੇ ਵੀ ਕੋਈ ਨਾ ਕੋਈ ਹੱਥ ਹੈਗਾ, ਹੱਥ ਹੁੰਦਾ, ਵਰਨਾ ਉਹ ਉਸ ਗਵਰਨਮੈਂਟ ਸਰਵੈਂਟ ਦੀ ਵੀ ਜਿਹੜੀ ਹੈਗੀ ਹਾਲ ਖਰਾਬ ਹੀ ਰਹੇਗਾ ਟੈਂਸ਼ਨ ਕਰਕੇ। ਰਾਈਟ ਰਾਈਟ। ਕ੍ਰਿਸ਼ਨਪਾਲ ਸ਼ਰਮਾ ਜੀ, ਆਵਾਜ਼ ਮਿਲ ਪਾ ਰਹੀ ਹੈ ਤੁਹਾਨੂੰ? ਲੱਗਦਾ ਉਹਨਾਂ ਨੂੰ ਆਵਾਜ਼ ਨਹੀਂ ਮਿਲ ਪਾ ਰਹੀ। ਸ਼ਰਮਾ ਜੀ, ਆਵਾਜ਼ ਮਿਲ ਪਾ ਰਹੀ ਹੈ ਤੁਹਾਨੂੰ? ਹਾਂਜੀ, ਹੁਣ ਮਿਲ ਪਾ ਰਹੀ ਹੈ। ਸ਼ਰਮਾ ਜੀ, ਕੀ ਕਹਿਣਾ ਚਾਹੋਗੇ? ਸਮਾਂ ਘੱਟ ਹੈ, ਤੁਸੀਂ ਲੇਟ ਵੀ ਪਹੁੰਚੇ, ਗੱਲਬਾਤ ਨਹੀਂ ਕਰ ਪਾਏ, ਕੀ ਕਹਿਣਾ ਚਾਹੋਗੇ? ਬਹੁਤ ਘੱਟ ਸਮਾਂ ਮੇਰੇ ਕੋਲੋਂ। ਗੌਰਵ ਜੀ, ਸਵਾਲ ਇਹ ਹੈ ਕਿ ਜੇਲ੍ਹ ਦੇ ਪ੍ਰਸ਼ਾਸਨ 'ਤੇ ਜ਼ਿੰਮੇਵਾਰੀ ਕਿਸੇ ਨਾ ਕਿਸੇ ਨੂੰ ਲੈਣੀ ਪੈਣੀ ਆ। ਸਵਾਲ ਇਹ ਹੈ ਕਿ ਜੇ ਇਸ ਤਰ੍ਹਾਂ ਦੀਆਂ ਮਾੜੀ ਘਟਨਾਵਾਂ ਹੋ ਰਹੀਆਂ ਉਹਦਾ ਜ਼ਿੰਮੇਵਾਰ ਕੌਣ ਹੈ? ਆਫਟਰ ਆਲ ਰੂਲਿੰਗ ਗੌਰਮੈਂਟ ਜੋ ਸੂਬਾ ਸਰਕਾਰ ਹੈ ਉਹ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੀ। ਜੇ ਕਿਤੇ ਫੇਲੀਅਰ ਹੋਇਆ ਹੈ ਤਾਂ ਉਹ ਵੀ ਸਰਕਾਰ ਦਾ, ਜੇ ਕਿਤੇ ਕਾਮਯਾਬੀ ਹੋਈ ਹੈ ਉਹ ਵੀ ਸਰਕਾਰ ਦੀ ਹੈ।
ਜੇ ਅਸੀਂ ਕਾਮਯਾਬੀ ਦੀ ਸਿਹਰਾ ਲੈਣਾ ਚਾਹੁੰਦੇ ਹਾਂ ਤਾਂ ਮੈਂ ਸਮਝਦਾ ਵੀ ਨਾਕਾਮੀ ਦਾ ਵੀ ਸਿਹਰਾ ਲੈਣਾ ਚਾਹੀਦਾ। ਜੇ ਅੱਜ ਜੇਲ੍ਹਾਂ ਦੇ ਅੰਦਰ ਇਸ ਤਰ੍ਹਾਂ ਦਾ ਸਿਸਟਮ ਡਿਵੈਲਪ ਹੋ ਰਿਹਾ, ਉੱਥੇ ਸ਼ਰੇਆਮ ਘਟਨਾਵਾਂ ਇਸ ਤਰ੍ਹਾਂ ਦੀਆਂ ਹੋ ਰਹੀਆਂ, ਤਾਂ ਮੈਂ ਸਮਝਦਾ ਵੀ ਕਿਤੇ ਨਾ ਕਿਤੇ ਸਰਕਾਰ ਆਪਣੀ ਜ਼ਿੰਮੇਵਾਰੀ ਸਫਲ ਜ਼ਿੰਮੇਵਾਰੀ ਪੂਰੀ ਕਰਨ 'ਚ ਨਾਕਾਮ ਸਾਬਤ ਹੋਈ ਹੈ ਔਰ ਸਰਕਾਰ ਨੂੰ ਰੀਥਿੰਕ ਕਰਨਾ ਚਾਹੀਦਾ, ਬਜਾਏ ਦੇ ਕਿ ਆਪਣੀ ਸਰਕਾਰ ਦੇ ਅੰਦਰ ਗਰੁੱਪਬਾਜ਼ੀ ਨੂੰ ਛੱਡ ਕੇ ਇਸ ਪਾਸੇ ਧਿਆਨ ਦੇਣਾ ਚਾਹੀਦਾ। ਬੜਾ ਸੈਂਸਿਟਿਵ ਇਸ਼ੂ ਹੈ ਇਹ, ਕੋਈ ਇਹ ਨਾ ਆਪਾਂ ਸੋਚੀਏ ਵੀ ਜੇਲ੍ਹਾਂ 'ਚ ਮਾੜਾ ਪੋਜੀਸ਼ਨ ਹੈ, ਇਹਦਾ ਸਮਾਜ 'ਤੇ ਬੜਾ ਮਾੜਾ ਅਸਰ ਪੈਣਾ। ਇਸ ਵਾਸਤੇ ਸਰਕਾਰ ਨੂੰ ਸੀਰੀਅਸ ਹੋਣ ਦੀ ਲੋੜ ਹੈ, ਸਰਕਾਰ ਨੂੰ ਇਸ ਪਾਸੇ ਸੀਰੀਅਸਲੀ ਸੋਚਣ ਦੀ ਲੋੜ ਹੈ ਕਿ ਕੀ ਸੁਧਾਰ ਕੀਤਾ ਜਾ ਸਕਦਾ ਔਰ ਪ੍ਰਾਇਰਟੀ ਤੇ। ਮੈਂ ਸਮਝਦਾ ਵੀ ਸਾਰੀ ਚੀਜ਼ਾਂ ਨੂੰ ਛੱਡ ਕੇ, ਕਿਉਂਕਿ ਸਮਾਜ ਦੇ ਅੰਦਰ ਲਾਅ ਐਂਡ ਆਰਡਰ ਦਾ ਇਸ਼ੂ ਹੈ, ਲਾਅ ਐਂਡ ਆਰਡਰ ਦਾ ਇਸ਼ੂ ਹੈ। ਠੀਕ ਹੈ, ਮੈਂ ਤੁਹਾਡੀ ਗੱਲ ਬਿਲਕੁਲ ਮੰਨ ਕੇ ਚੱਲ ਰਿਹਾ, ਇਨ ਮਿਨ ਮੰਨ ਕੇ ਚੱਲ ਰਿਹਾ, ਪਰ ਇਹ ਸਰਕਾਰ ਕਿਹੜੀ ਵਾਲੀ ਸੁਣੇਗੀ? ਤੁਹਾਡੇ ਟਾਈਮ 'ਤੇ ਜੇਲ੍ਹ ਬਰੇਕ ਹੁੰਦਾ, ਜੇਲ੍ਹਾਂ ਦੀ ਹਾਲਤ ਤਦ ਵੀ ਇੱਦਾਂ ਦੀ ਹੁੰਦੀ ਹੈ, ਅੱਜ ਮੌਜੂਦਾ ਸਮੇਂ ਦੇ ਵਿੱਚ ਅੰਦਰ ਹੀ ਕਤਲ ਹੋ ਜਾਂਦਾ, ਹਾਲਤ ਤਾਂ ਤਦ ਵੀ ਉੱਦਾਂ ਦੀ ਹੈ, ਅੱਜ ਅੰਦਰ ਝੜਪ ਹੋ ਜਾਂਦੀ ਹੈ, ਬੰਦੇ ਮਾਰੇ ਜਾਂਦੇ, ਫੋਨ ਇਸਤੇਮਾਲ ਹੁੰਦੇ, ਹਾਲਤ ਤਦ ਵੀ ਇੱਦਾਂ ਦੀ ਹੈ, ਆਖਿਰ ਇਹਨੂੰ ਸੁਧਾਰੇਗਾ ਕੌਣ? ਸਤਿ ਸ਼੍ਰੀ ਅਕਾਲ ਜੀ। ਸੁਧਾਰਨ ਦੀ ਗੱਲ ਇਹੀ ਹੈਗੀ ਹੈ, ਮੈਂ ਕਹਿੰਦਾ ਇਸ ਇਸ਼ੂ ਨੂੰ ਪੋਲੀਟੀਸਾਈਜ਼ ਨਹੀਂ ਕਰਨਾ ਚਾਹੀਦਾ ਹੈਗਾ। ਇਸ ਤਰ੍ਹਾਂ ਦੀ ਘਟਨਾਵਾਂ ਹਰ ਐਡਮਿਨਿਸਟ੍ਰੇਸ਼ਨ ਦੇ ਵਿੱਚ, ਹਰ ਸਰਕਾਰ ਦੇ ਥੱਲੇ ਹੁੰਦੀ ਰਹੀਆਂ ਨੇ। ਇੱਕ ਸਿੰਪਲ ਪ੍ਰਿੰਸੀਪਲ ਹੈਗਾ ਹੋਣਾ ਚਾਹੀਦਾ ਹੈਗਾ, ਵਰਕ ਕਰੋ ਕਾਨੂੰਨ ਦੇ ਹਿਸਾਬ, ਅਤੇ ਨਾਲ ਅਕਾਊਂਟੇਬਿਲਿਟੀ ਹੈਗੀ ਹੈ, ਪਰਸਨਲ ਅਕਾਊਂਟੇਬਿਲਿਟੀ ਹੈਗੀ ਹੈ। ਅਬ ਜਿਸ ਤਰ੍ਹਾਂ ਹੁੰਦਾ ਸੀ ਕਿ ਜਦੋਂ ਬੰਦੇ ਨੂੰ ਪਤਾ ਹੈਗਾ ਹੈ ਕਿ ਜੇ ਮੈਂ ਨਹੀਂ ਸਾਂਭ ਸਕਿਆ ਤਾਂ ਮੇਰੀ ਨੌਕਰੀ ਗਈ, ਬਿਲਕੁਲ, ਤਾਂ ਨੈਚੁਰਲੀ ਉਹ ਆਪਣੇ ਆਪ ਨੂੰ ਵੀ ਕੰਟਰੋਲ ਕਰੇਗਾ, ਥੱਲੇ ਵੀ ਕੰਟਰੋਲ ਕਰੇਗਾ। ਇਹਦੇ ਅਸੀਂ ਪੋਲੀਟਿਕਸ ਨਾ ਲੈ ਆਈਏ, ਅਤੇ ਉਹਦੇ ਵਾਰ ਅਗਰ ਬੰਦੇ ਦੇ ਵਿਚਾਰ 'ਚ ਮਨ ਆ ਗਏ, ਗਲਤ ਆ ਗਈ ਉਹਦੇ ਮਨ 'ਚ ਕਿ ਕੋਈ ਵੀ ਸਰਕਾਰ ਹੋਏ ਉਹਨੂੰ ਨਹੀਂ ਬਚਾ ਸਕਦੀ ਹੈ ਕਿਉਂਕਿ ਇਸ਼ੂ ਨਾਲ ਸੈਂਸਿਟਿਵ ਹੋ ਚੁੱਕਿਆ ਹੈਗਾ। ਇੰਟਰੋਡਿਊਸ ਅ ਬਿਜ਼ਨਸ ਆਫ ਅਕਾਊਂਟ ਸਿਸਟਮ ਆਫ ਅਕਾਊਂਟੇਬਿਲਿਟੀ, ਜਿਸ ਤਰ੍ਹਾਂ ਪਹਿਲੇ ਵੀ ਕਹਿ ਚੁੱਕੇ ਹੈਗੇ ਮੈਂ, ਚਾਹੇ ਸੰਤਰੀ ਹੋਏ ਚਾਹੇ ਮੰਤਰੀ ਹੋਏ, ਬਿਲਕੁਲ, ਜੋ ਵੀ ਰਿਸਪੋਂਸੀਬਲ ਹੈਗਾ ਉਹਨੂੰ ਮਿਊਜ਼ਿਕ ਫੇਸ ਕਰਨਾ ਹੈਗਾ, ਉਹ ਕਰਨਾ ਚਾਹੀਦਾ ਹੈਗਾ। ਰਾਈਟ ਸਿਮਰਨ ਜੀ, 10 ਸੈਕਿੰਡਸ ਓਨਲੀ। ਸਿਮਰਨ ਜੀ, ਸਿਮਰਨ ਜੀ, ਮੈਂ ਆਨਾ ਸ਼ਰਮਾ ਜੀ ਆਨਾ, ਸਮਾਂ ਘਟਦਾ ਜਾ ਰਿਹਾ। ਸਿਮਰਨ ਜੀ ਦੇਖੋ, ਬਹੁਤ ਕੁਛ ਹੋਣਾ, ਸੁਧਾਰ ਜਿਹੜਾ ਹੈਗਾ ਬਹੁਤ ਕੁਛ ਹੋਣਾ ਚਾਹੀਦਾ ਆ, ਜਿਵੇਂ ਕਿ ਇਹ ਸਰਕਾਰ ਕਹਿੰਦੇ ਨੇ। ਮੈਂ ਤਾਂ ਸਿਰਫ ਇੱਥੇ ਕਹੂੰਗੀ, ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹ ਸਰਕਾਰਾਂ ਦੇ ਹੱਥ 'ਚ ਹੈ, ਤਾਂ ਸਰਕਾਰਾਂ ਨੂੰ ਹੀ ਡਿਸੀਜ਼ਨ ਲੈਣੇ ਚਾਹੀਦੇ ਨੇ, ਫੈਸਲੇ ਕਰਨੇ ਚਾਹੀਦੇ ਨੇ ਕਿ ਇਹ ਜੋ ਲਾਈਵ ਆਪਾਂ ਦੇਖ ਰਹੇ ਹਾਂ ਇਹ ਸਾਰਿਆਂ ਨੂੰ ਸਮਝ ਆਉਂਦਾ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਇਹਦੇ ਲਈ ਸਟ੍ਰਿਕਟਲੀ ਜਿਹੜੇ ਡਿਸੀਜ਼ਨ ਆ ਉਹ ਲੈ ਕੇ ਉਹਨਾਂ ਨੂੰ ਲਾਗੂ ਕਰਨਾ ਚਾਹੀਦਾ ਆ, ਔਰ ਇਹ ਜੇਲ੍ਹ ਮੰਤਰੀ ਨੂੰ ਆਰਡਰ ਹੋਣੇ ਚਾਹੀਦੇ ਆ ਜਾਂ ਉਹਨਾਂ ਦੇ ਉੱਤੇ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਵੀ ਇਹ ਕਿਉਂ ਹੋ ਰਿਹਾ। ਰਾਈਟ ਮਿੱਤਲ ਸਾਹਿਬ, ਮਿੱਤਲ ਸਾਹਿਬ, ਅਜਿਹਾ ਜਿਹੜਾ ਆਪਾਂ ਦੇਖਦੇ ਹਾਂ ਕਿ ਵਾਕਿਆ ਘਟਦੇ ਸੀਗੇ ਕਿ ਬਿਹਾਰ ਦੀ ਜੇਲ੍ਹ 'ਚ ਹੋ ਗਿਆ ਕਿ ਬਾਹੂਬਲੀ ਅੰਦਰ ਬੈਠੇ ਆ ਓਪਰੇਟ ਕਰ ਰਹੇ ਆ, ਹੁਣ ਸਾਡੀ ਜੇਲ੍ਹਾਂ 'ਚ ਵੀ ਮੈਨੂੰ ਲੱਗਦਾ ਬਾਹੂਬਲੀ ਬਸ ਨਾਮ ਹੀ ਨਹੀਂ ਹੈ, ਕੰਮ ਤਾਂ ਸਾਰੇ ਅਜਿਹੇ ਹੋ ਹੀ ਰਹੇ ਆ। ਗੌਰਵ ਜੀ, ਜਿਹੜਾ ਚਿੰਤਾ ਦਾ ਵਿਸ਼ਾ ਇਹ ਹੈ ਕਿ ਅੰਦਰ ਗੋਲੀਬਾਰੀ ਪੁਲਿਸ ਦੇ ਵਿੱਚ ਔਰ ਕੈਦੀਆਂ ਦੇ ਵਿੱਚ ਹੋਈ, ਤਾਂ ਕੈਦੀਆਂ ਦੇ ਕੋਲ ਬੰਦੂਕਾਂ ਕਿੱਥੋਂ ਆਈਆਂ? ਦੂਸਰਾ ਵਿਸ਼ਾ ਜਿਹੜਾ ਸਭ ਤੋਂ ਬੜਾ ਵਿਚਾਰ ਕਰਨ ਦਾ ਇਹ ਹੈ ਕਿ ਮਹਿੰਦਰਪਾਲ ਦਾ ਕਤਲ ਹੋਇਆ ਜੇਲ੍ਹ ਦੇ ਵਿੱਚ, ਹਾਲੇ ਤੱਕ ਸਰਕਾਰ ਵੱਲੋਂ ਉਸਦੇ ਬਾਰੇ 'ਚ ਕੋਈ ਸੰਜੀਦਗੀ ਨਜ਼ਰ ਨਹੀਂ ਆਈ। ਮਹਿੰਦਰਪਾਲ ਦੋਸ਼ੀ ਸੀ, ਮਹਿੰਦਰਪਾਲ ਦੇ ਖਿਲਾਫ ਕੇਸ ਚੱਲ ਰਿਹਾ ਸੀ, ਕੋਰਟ ਉਹਦਾ ਫੈਸਲਾ ਕਰਦੀ, ਸਜ਼ਾ ਦਿੰਦੀ, ਕੀ ਕਰਦੀ, ਉਹ ਇੱਕ ਵੱਖਰਾ ਇਸ਼ੂ ਹੈ। ਲੇਕਿਨ ਜੇਲ੍ਹ ਦੇ ਵਿੱਚ ਇਸ ਤਰੀਕੇ ਨਾਲ ਪੁਲਿਸ ਦੀ ਨਿਗਰਾਨੀ 'ਚ ਰਹਿੰਦੇ ਹੋਏ ਮਾਰਿਆ ਜਾਣਾ, ਇਸ ਤੋਂ ਬੜੀ ਸਰਕਾਰ ਦੀ ਔਰ ਪੁਲਿਸ ਪ੍ਰਸ਼ਾਸਨ ਦੀ ਨਾਕਾਮੀ ਕੋਈ ਨਹੀਂ ਹੋ ਸਕਦੀ। ਇਸ ਦੇ ਬਾਰੇ ਸਰਕਾਰ ਨੂੰ ਚਿੰਤਾ ਕਰਨੀ ਪਏਗੀ ਔਰ ਇਸ ਦੇ ਬਾਰੇ ਸਰਕਾਰ ਨੂੰ ਸੀਰੀਅਸਲੀ ਲੋਕਾਂ ਦੇ ਕੋਲ ਇਸ ਇਸ਼ੂ ਨੂੰ ਐਡਰੈਸ ਕਰਕੇ ਆਪਣੀ ਜ਼ਿੰਮੇਵਾਰੀ ਦਿਖਾਉਣੀ ਪਏਗੀ ਕਿ ਅਸੀਂ ਸੀਰੀਅਸਲੀ ਜ਼ਿੰਮੇਵਾਰੀ ਨਾਲ ਕੰਮ ਕਰ ਰਹੇ ਹਾਂ। ਬਿਲਕੁਲ ਠੀਕ ਹੈ ਸ਼ਰਮਾ ਜੀ। ਸਰ, ਮੈਂ ਜ਼ਿੰਮੇਵਾਰੀ ਫਿਕਸ ਕਰਨ ਦੀ ਗੱਲ ਕੀਤੀ ਹੈ, ਆਫਟਰ ਆਲ ਕਿਸੇ ਨੂੰ ਤਾਂ ਰਿਸਪੋਂਸੀਬਿਲਿਟੀ ਲੈਣੀ ਪੈਣੀ ਹੈ, ਸਰਕਾਰ ਦੀ ਰੂਲਿੰਗ ਗੌਰਮੈਂਟ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਤਰ੍ਹਾਂ ਦੀ ਘਟਨਾਵਾਂ ਨੂੰ ਰੋਕਣ ਵਾਸਤੇ ਯਤਨ ਕਰੇ। ਸਰਕਾਰ ਕੋਈ ਵੀ ਹੋਵੇ, ਕ੍ਰਿਮੀਨਲ ਕ੍ਰਿਮੀਨਲ ਹੈ, ਜੇ ਕਿਸੇ ਨੂੰ ਸਜ਼ਾ ਹੋਈ ਹੈ, ਜੋ ਕੋਈ ਦੋਸ਼ੀ ਹੈ,
ਤਾਂ ਉਹਨੂੰ ਕ੍ਰਿਮੀਨਲ ਦੇ ਤੌਰ ਤੇ ਦੇਖਿਆ ਨਹੀਂ ਛੱਡਦਾ, ਮੈਂ ਸਰਕਾਰਾਂ ਦੇ ਤੌਰ ਤੇ ਨਹੀਂ ਦੇਖ ਰਿਹਾ, ਮੈਂ ਵਰਤਮਾਨ ਸਰਕਾਰ ਦੀ ਜੇ ਮੈਂ ਪ੍ਰਾਪਤੀ ਦੀ ਗੱਲ ਕਰਦੇ ਹਾਂ ਤਾਂ ਨਾਕਾਮੀ ਦੀ ਜ਼ਿੰਮੇਵਾਰੀ ਤਾਂ ਸਰਕਾਰ ਭੱਜ ਨਹੀਂ ਸਕਦੀ। ਤੇ ਜੇ ਹੁਣ ਜੇਲ੍ਹ ਪ੍ਰਸ਼ਾਸਨ 'ਚ ਕੋਈ ਸੁਧਾਰ ਕਰੇਗਾ ਉਹ ਵਿਰੋਧੀ ਧਿਰਾਂ ਨੇ ਤਾਂ ਕਰਨਾ ਨਹੀਂ, ਉਹ ਸਰਕਾਰ ਦੀ ਜ਼ਿੰਮੇਵਾਰੀ ਹੈ, ਸਰਕਾਰ ਨੇ ਕਰਨਾ। ਸਰਕਾਰ ਜ਼ਿੰਮੇਵਾਰੀ ਅਫਸਰ ਫਿਕਸ ਕਰੇ ਕਿਸੇ ਨੂੰ ਕਰੇ, ਸਰਕਾਰ ਨੂੰ ਆਫਟਰ ਆਲ ਰਿਸਪੋਂਸੀਬਿਲਿਟੀ ਲੈਣੀ ਤਾਂ ਪੈਣੀ ਹੈ ਨਾ ਜੀ, ਸਰਕਾਰ ਨੂੰ ਸੀਰੀਅਸਲੀ ਸੋਚਣਾ ਤਾਂ ਪੈਣਾ। ਇਹ ਸਮਾਜ ਵਾਸਤੇ ਬੜਾ ਘਾਤਕ ਹੈ ਜੋ ਦਿਸ਼ਾ ਚੱਲੀ ਹੈ, ਜੋ ਇਹ ਰਸਤਾ ਦਿਖਿਆ, ਇਹਦੇ ਵਾਸਤੇ ਸਰਕਾਰ ਨੂੰ ਸੀਰੀਅਸਲੀ ਸਟੈਪ ਚੁੱਕਣੇ ਪੈਣੇ ਆ, ਸਰਕਾਰ ਨੂੰ ਚੁੱਕਣੇ ਚਾਹੀਦੇ ਆ। ਜਿਹੜੀ ਧਿਰ ਦਾ ਸਹਿਯੋਗ ਸਰਕਾਰ ਨੂੰ ਚਾਹੀਦਾ ਸਰਕਾਰ ਲਵੇ, ਇਸ ਵਾਸਤੇ ਸਰਕਾਰ ਨੂੰ ਪਾਰਟੀਬਾਜ਼ੀ ਤੋਂ ਵੀ ਉੱਪਰ ਉੱਠ ਕੇ ਮੈਂ ਸਮਝਦਾ ਵੀ ਕ੍ਰਿਮੀਨਲ ਨੂੰ ਕ੍ਰਿਮੀਨਲ ਸਮਝਣ ਦੀ ਲੋੜ ਹੈ। ਕ੍ਰਿਮੀਨਲ ਫੈਸਲਾ ਕਰਨਾ ਕੋਰਟ ਨੇ ਕਿ ਕੌਣ ਕ੍ਰਿਮੀਨਲ ਹੈ, ਕਿਹਨੇ ਕ੍ਰਾਈਮ ਕੀਤਾ, ਉਹਨੂੰ ਕੀ ਸਜ਼ਾ ਦੇਣੀ ਹੈ। ਇਹ ਕੈਦੀਆਂ ਨੂੰ ਜਾਂ ਕਿਸੇ ਨੂੰ ਪੁਲਿਸ ਨੂੰ ਅਖਤਿਆਰ ਨਹੀਂ ਕਿ ਉਹਨੂੰ ਸਜ਼ਾ ਦੇਵੇਗਾ ਜਾਂ ਉਹਨਾਂ ਦਾ ਮਰਡਰ ਹੋਏਗਾ, ਇਹ ਸਾਰੇ ਫੈਸਲੇ ਅਦਾਲਤਾਂ ਨੇ ਕਰਨੇ ਆ, ਕੋਈ ਜੰਗਲ ਰਾਜ ਦਾ ਗੌਰਵ ਜੀ ਹੈ ਨਹੀਂ। ਆਫਟਰ ਆਲ ਜ਼ਿੰਮੇਵਾਰੀ ਹੈ, ਮੇਰੀ ਸੋਚ ਸਿਰਫ ਇਹ ਹੈ ਕਿ ਸਰਕਾਰ ਨੂੰ ਜ਼ਿੰਮੇਵਾਰੀ ਨਾਲ ਇਹ ਕੰਮ ਕਰਨਾ ਚਾਹੀਦਾ, ਇਸ ਪਾਸੇ ਧਿਆਨ ਦੇਣਾ ਚਾਹੀਦਾ, ਜੋ ਵੀ ਜ਼ਿੰਮੇਵਾਰ ਹੋਏ ਉਹਦੇ ਖਿਲਾਫ ਬਣਦੀ ਕਾਰਵਾਈ ਕਰੇ ਤਾਂ ਕਿ ਇੱਕ ਰੂਲਿੰਗ ਗੌਰਮੈਂਟ ਪਤਾ ਲੱਗੇ ਕਿ ਸਰਕਾਰ ਜਾਗ ਰਹੀ ਹੈ, ਸਰਕਾਰ ਆਪਣੇ ਕੰਮਾਂ ਸੀਰੀਅਸ ਹੈ, ਇਹ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ। ਲੋਕਾਂ ਨੂੰ ਦੱਸਣ ਵਾਸਤੇ ਆਪਾਂ ਅੱਜ ਮੁੱਦੇ ਤੇ ਚਰਚਾ ਵੀ ਕਰ ਰਹੇ ਹਾਂ। ਮਿੱਤਲ ਸਾਹਿਬ ਕੀ ਕਹਿ ਰਹੇ ਹੋ? ਬਿਲਕੁਲ, ਮੈਂ ਕਹਿਣਾ ਚਾਹੁੰਦਾ ਜੀ ਕਿ ਜੇਲ੍ਹਾਂ ਨੂੰ ਜਿਹੜੀਆਂ ਜੇਲ੍ਹਾਂ ਨੂੰ ਸੁਧਾਰ ਕਰ ਕਿਹਾ ਜਾਂਦਾ, ਇਹ ਹਾਲਾਤ ਦੇਖ ਕੇ ਲੱਗਦਾ ਨਹੀਂ ਇਹ ਸੁਧਾਰ ਕਰ ਰਿਹਾ, ਇਹ ਲੱਗਦਾ ਕਿ ਬਾਹਰ ਨਾਲੋਂ ਜ਼ਿਆਦਾ ਅੰਦਰ ਕ੍ਰਾਈਮ ਹੋ ਰਿਹਾ ਹੈ। ਸੁਧਾਰ ਕਰ ਸਹੀ ਮਾਇਨੇ 'ਚ ਬਣਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ, ਸਰਕਾਰ ਦੀ ਜ਼ਿੰਮੇਵਾਰੀ। ਹੁਣ ਅਸੀਂ ਸਰਕਾਰ ਨੂੰ ਅਗਰ ਗੱਲ ਕਰ ਰਹੇ ਹਾਂ, ਸ਼ਸ਼ੀਕਾਂਤ ਜੀ ਇਹ ਬਿਲਕੁਲ ਠੀਕ ਹੈ, ਕਿਹਾ ਇਹ ਜਾਂਦਾ ਕਿ ਤੁਸੀਂ ਮਾਫ਼ ਕਰਨਾ, ਤੁਸੀਂ ਇਸ ਪੁਲਿਸ 'ਚ ਰਹੇ ਹੋ, ਹਿੱਸਾ ਰਹੇ ਹੋ ਇਸਦਾ, ਤੁਸੀਂ ਸਾਰਾ ਕੁਝ ਦੇਖਿਆ, ਰਾਦਰ ਯੂ ਆਰ ਮੋਰ ਕ੍ਰਿਟੀਕਲ ਦੈਨ ਅਸ ਕਿ ਕਿਸ ਤਰੀਕੇ ਨਾਲ ਕੰਮ ਮਾੜਾ ਹੋ ਚੁੱਕਾ, ਤੁਸੀਂ ਕਿਹਾ ਪਾਣੀ ਉੱਪਰ ਚਲਾ ਗਿਆ, ਪਰ ਇਹ ਜਿਹੜੇ ਨਿਚਲੇ ਲੋਕ ਵਿਗੜ ਚੁੱਕੇ ਨੇ ਸੁਧਾਰ ਘਰਾਂ ਦੇ ਅੰਦਰ, ਜਿਹੜੇ ਪ੍ਰਸ਼ਾਸਨਿਕ ਗੱਲ ਕਰ ਰਹੇ, ਪ੍ਰਸ਼ਾਸਨਿਕ ਅਫਸਰ ਨੀਚੇ ਵਾਲੇ ਮੁਲਾਜ਼ਮ ਜਿਹੜੇ ਵਿਗੜ ਚੁੱਕੇ ਨੇ, ਹੁਣ ਜਿਹੜੀ ਇਹ ਬਾਹਰਲੀ ਫੋਰਸਿਸ ਦੀ CISF CRPF ਇਹਨਾਂ ਦੀ ਅਸੀਂ ਮੰਗ ਕਰ ਰਹੇ ਹਾਂ, ਇਹ ਅਗਰ ਲੱਗ ਜਾਣਗੇ ਤੁਹਾਨੂੰ ਲੱਗਦਾ ਇਸ ਦਾ ਕੋਈ ਫਰਕ ਪਏਗਾ? ਦੇਖੋ, ਇਹਦਾ ਫਰਕ ਜ਼ਿਆਦਾ ਨਹੀਂ ਪਏਗਾ ਜੋ ਬਾਹਰਲੀ ਫੋਰਸ ਦੀ ਮੰਗ ਕਰਦੇ ਹੈਗੇ ਆ, ਜੋ ਤਿਹਾੜ ਦੇ ਵਿੱਚ ਸਿਸਟਮ ਪੂਰਾ ਦੂਜਾ ਹੈਗਾ, ਉਹਨਾਂ ਨੇ ਰੱਖੇ ਹੈਗੇ ਦੂਜਿਆਂ ਨੂੰ ਭਾਸ਼ਾ ਨਹੀਂ ਆਉਂਦੀ, ਉਹ ਸਟੇਟਾਂ ਦੇ ਬੰਦੇ ਲਾਏ ਹੈਗੇ ਨੇ, ਪਰ ਜਦੋਂ ਬੰਦੇ ਦਾ ਇੰਟਰੈਕਸ਼ਨ ਹੋ ਰਿਹਾ, ਗੱਲਬਾਤ ਹੋ ਰਹੀ ਹੈ, ਕਰਪਟ ਕਰਨ 'ਚ ਬੰਦੇ ਨੂੰ ਕੋਈ ਟਾਈਮ ਨਹੀਂ ਲੱਗਦਾ ਹੈਗਾ, ਨਵਾਂ ਬੰਦਾ ਆਇਆ ਉਹੀ ਭਾਸ਼ਾ ਹੈਗਾ ਥੋੜ੍ਹਾ ਉਹਨਾਂ ਨੂੰ ਦਿੱਤਾ, ਜ਼ਰੂਰਤ ਹੈਗੀ ਹੈ ਇਸ ਵੇਲੇ ਜਿਹੜੇ ਬੰਦੇ ਜੇਲ੍ਹ ਦੇ ਵਿੱਚ ਇਸ ਤਰ੍ਹਾਂ ਦੇ ਹੈਗੇ ਨੇ, ਮੈਂ ਕਰਮਚਾਰੀਆਂ ਦੀ ਗੱਲ ਕਰ ਰਿਹਾ ਹੈਗਾ, ਉਹਨਾਂ ਨੂੰ ਆਈਡੈਂਟੀਫਾਈ ਕਰਕੇ ਆਰਟੀਕਲ ਹੈਗਾ 311 ਲਾ ਕੇ 5-10-15-20 ਦੀ ਛੁੱਟੀ ਕਰੋ, ਔਰ ਇਸ ਤਰ੍ਹਾਂ ਦੀ ਘਟਨਾਵਾਂ ਜਿਹੜੀ ਹੋਈਆਂ ਹੈਗੀਆਂ ਨੇ ਉਹਦੀ ਇੱਕ ਜੁਡੀਸ਼ੀਅਲ ਜਾਂਚ ਕਰਾ ਕਰਕੇ ਉਹਦਾ ਜਿਹੜਾ ਵੀ ਰਿਸਪੋਂਸੀਬਿਲਟੀ ਬਣਦੀ ਹੈਗੀ ਹੈ, ਚਾਹੇ ਕਿਸੇ ਵੀ ਪੱਧਰ ਦਾ ਬੰਦਾ ਹੋਵੇ, ਚਾਹੇ ਉੱਤੇ ਦਾ ਚਾਹੇ ਥੱਲੇ ਦਾ, ਉਹਨੂੰ ਜਿਹੜਾ ਹੈਗਾ ਉਹਨੂੰ ਵੀ ਹੀ ਹੈਜ਼ ਟੂ ਫੇਸ ਮਿਊਜ਼ਿਕ ਐਜ਼ ਪਰ ਦ ਲਾਅ। ਅਸੀਂ ਸਾਡੇ ਕੋਨਸਟੀਟਿਊਸ਼ਨ ਦੇ ਨਾਲ ਚੱਲਦੇ ਹੈਗੇ ਹਾਂ, ਉਸ ਦੇ ਮੁਤਾਬਿਕ ਚੱਲਦੇ ਹਾਂ, ਰੂਲ ਆਫ ਲਾਅ ਚਾਹੀਦਾ ਹੈਗਾ, ਜਿਹੜੇ ਕੰਮ ਕਰਨ ਲਾਇਕ ਨਹੀਂ ਹੈਗੇ 311 ਲਾ ਕੇ ਬਾਹਰ ਭੇਜੋ, ਜਿਹੜਿਆਂ ਦੇ ਕੁਤਾਹੀ ਹੋਈ ਹੈਗੀ ਹੈ ਜੁਡੀਸ਼ੀਅਲ ਕਮਿਸ਼ਨ ਬਿਠਾਓ, ਉਹਨਾਂ ਨੂੰ ਇਨਕੁਆਇਰੀ ਕਰਕੇ ਉਹਨਾਂ ਨੂੰ ਫਿਰ ਸਜ਼ਾ ਦਿਓ ਜਿਹੜੀ ਬਣਦੀ ਹੈਗੀ। ਇੱਕ ਐਗਜ਼ਾਮਪਲ ਸੈੱਟ ਕਰਨ ਦੀ ਲੋੜ ਹੈ, ਤੁਹਾਡੇ ਕਹਿਣ ਦਾ ਭਾਵ ਇਹ ਹੈ ਕਿ ਜਿਵੇਂ ਮੈਨੂੰ ਇੱਕ ਕਿੱਸਾ ਯਾਦ ਆ ਰਿਹਾ, ਕਹਿੰਦੇ ਕਲਾਸ ਦੇ ਵਿੱਚ ਜ਼ਿਆਦਾਤਰ ਬੱਚੇ ਜਦੋਂ ਸ਼ਰਾਰਤਾਂ ਕਰਦੇ ਹੁੰਦੇ ਤਾਂ ਟੀਚਰ ਸਾਰਿਆਂ ਨੂੰ ਨਹੀਂ ਕੁੱਟਦਾ, ਇੱਕ ਨੂੰ ਚੁੱਕ ਕੇ 4-5 ਥੱਪੜ ਉਸਦੇ ਜੜ ਦਿੱਤੇ ਜਾਂਦੇ ਆ, ਉਸਨੂੰ ਸਜ਼ਾ ਮਿਲਦੀ ਹੈ, ਬਾਕੀ ਵੈਸੇ ਸੈੱਟ ਹੋ ਜਾਂਦੇ ਆ। ਹੁਣ ਸਾਡੇ ਇੱਥੇ ਕੀ ਹੈ ਕਿ ਸਜ਼ਾ ਕਿਸੇ ਨੂੰ ਨਹੀਂ ਮਿਲਦੀ, ਅਕਾਊਂਟੇਬਿਲਟੀ ਕਿਸੇ ਦੀ ਵੀ ਹੈ ਨਹੀਂ, ਫਾਈਲਾਂ ਰਿਪੋਰਟਾਂ ਉਸ ਤੋਂ ਬਾਅਦ ਖਤਮ, ਨਿਕਲ ਕੇ ਆਊਟਕਮ ਕੁਛ ਵੀ ਨਹੀਂ ਆਉਂਦਾ। ਮਿੱਤਲ ਸਾਹਿਬ, ਹੁੰਦਾ ਇਹ ਹੈ ਕਿ ਪੋਲੀਟੀਸ਼ੀਅਨ ਕਹਿ ਦਿੰਦੇ ਅਸੀਂ ਆਹ ਕਰ ਦਾਂਗੇ, ਮੈਂ ਦੌਰਾ ਕੀਤਾ, ਜਿਵੇਂ ਜੇਲ੍ਹ ਮੰਤਰੀ ਸਾਹਿਬ ਦੀ ਗੱਲ ਕਰ ਰਹੇ, ਮੈਂ ਦੌਰਾ ਕੀਤਾ, ਮੈਂ ਗੱਲਬਾਤ ਕੀਤੀ, ਮੈਂ ਰਿਪੋਰਟ ਮੰਗ ਲਈ, ਕੈਪਟਨ ਸਾਹਿਬ ਵੀ ਕਹਿ ਰਹੇ ਮੈਂ ਰਿਪੋਰਟ ਮੰਗ ਲਈ, ਠੀਕ ਹੈ ਰਿਪੋਰਟਾਂ ਹੋ ਗਈਆਂ, ਦਿਖਾਉਣ ਦੇ ਲਈ 2-4 ਸਸਪੈਂਡ ਹੋ ਜਾਣਗੇ, ਉਸ ਤੋਂ ਬਾਅਦ ਸਾਰੇ ਬਹਾਲ ਹੋ ਜਾਣਗੇ,
ਤਾਂ ਫਿਰ ਗੱਲ ਹੁੰਦੀ ਕੀ ਹੈ? ਘੁਮਾ ਫਿਰ ਆ ਕੇ ਫਿਰ ਗੱਲ ਤਾਂ ਇਹੀ ਹੋਈ ਕਿ ਇਹਨਾਂ ਦੇ ਹੱਥ ਦੇ ਵਿੱਚ ਹੀ ਹੈ ਜਿਹੜੇ ਸਰਕਾਰ ਚਲਾ ਰਹੇ ਨੇ, ਜਿਹੜੇ ਸਿਆਸਤਦਾਨ ਨੇ। ਅਗਰ ਇਹਨਾਂ ਦੀ ਨੀਅਤ ਹੋਏਗੀ ਤਾਂ ਸੈੱਟ ਹੋ ਜਾਏਗਾ, ਇਹਨਾਂ ਦੀ ਨੀਅਤ ਨਹੀਂ ਹੋਏਗੀ ਤਾਂ ਨਹੀਂ ਹੋਏਗਾ। ਗੌਰਵ ਜੀ, ਰਿਪੋਰਟ ਮੰਗੀ ਹੈ, ਕੋਈ ਬੁਰਾਈ ਨਹੀਂ ਰਿਪੋਰਟ, ਲੇਕਿਨ ਟਾਈਮ ਬਾਉਂਡ ਕੀਤਾ ਜਾਵੇ ਕਿ 2 ਦਿਨਾਂ ਦੇ ਅੰਦਰ ਅੰਦਰ ਰਿਪੋਰਟ ਆਵੇ। ਹਾਂ, ਔਰ ਰਿਪੋਰਟ ਦੇ ਉੱਤੇ ਐਕਸ਼ਨ ਜਿਹੜਾ ਹੈ ਉਹ ਹੋਵੇ, ਅਤੇ ਉਹ ਜਨਤਕ ਹੋਵੇ ਵੀ ਕੀ ਐਕਸ਼ਨ ਸਰਕਾਰ ਨੇ ਕੀਤਾ। ਜਦੋਂ ਐਕਸ਼ਨ ਜਨਤਕ ਹੋਏਗਾ ਔਰ 4 ਕਰਮਚਾਰੀਆਂ ਦੇ ਉੱਤੇ ਕਾਰਵਾਈ ਹੋਏਗੀ ਤਾਂ ਬਾਕੀਆਂ ਨੂੰ ਕੰਨ ਹੋਣਗੇ। ਜਿਹੜੀ ਤੁਸੀਂ ਗੱਲ ਕਹੀ ਹੈ ਕਿ 1 ਨੂੰ 4 ਚਪੇੜਾਂ ਪੈਂਦੀਆਂ ਸੀ ਬਾਕੀ ਸੈੱਟ ਹੋ ਜਾਂਦੇ ਸੀ, ਬਾਕੀ ਆਟੋਮੈਟਿਕਲੀ ਸੈੱਟ ਹੋ ਜਾਣਗੇ, ਪਰ ਜ਼ਰੂਰੀ ਹੈ ਕਿ ਰਿਪੋਰਟ ਟਾਈਮ ਬਾਉਂਡ 2 ਦਿਨਾਂ ਦੇ ਵਿੱਚ ਰਿਪੋਰਟ ਆਵੇ ਔਰ ਉਸ ਤੋਂ ਬਾਅਦ ਇਮੀਡੀਏਟ ਐਕਸ਼ਨ ਹੋਵੇ ਔਰ ਬਾਕੀਆਂ ਨੂੰ ਪਤਾ ਲੱਗੇ ਵੀ ਇਹ ਐਕਸ਼ਨ ਹੋ ਗਿਆ। ਜੋ ਸਮਾਨ ਅੰਦਰ ਜਾਂਦਾ ਉਹਨੂੰ ਚੈੱਕ ਕਰਨ ਦੇ ਮੈਥਡ ਅਡੋਪਟ ਕੀਤੇ ਜਾਣ, ਉਹਦੀ ਸਾਰਾ ਸਿਸਟਮ ਟੈਕਨੋਲੋਜੀ ਨੂੰ ਇਸਤੇਮਾਲ ਕੀਤਾ ਜਾਵੇ ਤਾਂ ਕਿ ਪਤਾ ਲੱਗੇ ਕਦੋਂ ਕਿੱਥੋਂ ਕਿਆ ਹੋ ਰਿਹਾ। ਕਿਸੇ ਚੀਜ਼ ਦੇ ਉੱਤੇ ਵੀ ਕੋਈ ਤੁਸੀਂ ਟ੍ਰਾਂਸਪੇਰੈਂਸੀ ਜਦ ਤੱਕ ਨਹੀਂ ਲੈ ਕੇ ਆਓਗੇ ਨਵੀਂ ਟੈਕਨੋਲੋਜੀ ਨੂੰ ਯੂਜ਼ ਕਰਕੇ, ਉਦੋਂ ਤੱਕ ਇਹ ਸਾਰੀਆਂ ਚੀਜ਼ਾਂ ਚੈੱਕ ਨਹੀਂ ਹੋ ਸਕਦੀਆਂ। ਰਾਈਟ, ਇੱਕ ਬੜਾ ਇੰਟਰਸਟਿੰਗ ਪਾਰਟ ਜਿਹੜਾ ਮੈਂ ਸ਼ਸ਼ੀਕਾਂਤ ਜੀ ਤੋਂ ਪੁੱਛਣਾ ਚਾਹਾਂਗਾ। ਸ਼ਸ਼ੀਕਾਂਤ ਜੀ, ਅਕਸਰ ਅਸੀਂ ਵੇਖਦੇ ਹਾਂ ਫੋਰਨ ਦੇ ਵਿੱਚ ਜਿਹੜੀਆਂ ਜੇਲ੍ਹਾਂ ਹੁੰਦੀਆਂ, ਵੈਸੇ ਤਾਂ ਅਸੀਂ ਹਰ ਚੀਜ਼ ਫੋਰਨ ਤੋਂ ਇੰਵਾਈਬ ਕਰ ਰਹੇ, ਲੈ ਰਹੇ ਉਹਨਾਂ ਤੋਂ। ਫੋਰਨ ਦੀ ਜੇਲ੍ਹਾਂ ਜਿਹੜੀ ਵਸੋ ਦੀ ਆਬਾਦੀ ਹੈ ਬਹੁਤ ਦੂਰ ਬਣਾਈਆਂ ਹੁੰਦੀਆਂ, ਕੋਈ ਰੇਗਿਸਤਾਨ 'ਚ ਮਾਰੂਥਲ 'ਚ ਬਣਾਈਆਂ ਹੋਈਆਂ ਜਿੱਥੇ ਦੂਰ ਦੂਰ ਤੱਕ ਬੰਦਾ ਹੀ ਨਹੀਂ ਹੈ। ਅਗਰ ਭੱਜ ਵੀ ਜਾਣਗੇ ਚੱਲ ਚੱਲ ਕੇ ਮਰ ਜਾਣਗੇ, ਮਤਲਬ ਕਿ ਪਹੁੰਚ ਹੀ ਨਹੀਂ ਪਾਣਗੇ ਆਬਾਦੀ ਤੱਕ। ਇਹ ਆਪਣੇ ਇੰਡੀਆ 'ਚ ਕੀ ਪੋਸੀਬਲ ਨਹੀਂ? ਮੈਂ ਕਾਲਾ ਪਾਣੀ ਤੋਂ ਵੱਖਰੀ ਗੱਲ ਕਰ ਰਿਹਾ, ਇੱਥੇ ਕਿਉਂ ਨਹੀਂ ਪੋਸੀਬਲ? ਆਪਾਂ ਬਣਾਉਂਦੇ ਸੰਘਣੀ ਆਬਾਦੀ ਦੇ ਵਿੱਚ ਜਿਹੜੀ ਜੇਲ੍ਹਾਂ ਉਹਨਾਂ ਨੂੰ ਮਾਡਰਨ ਕਰ ਰਹੇ ਹਾਂ, ਉੱਥੇ ਹੀ ਬੰਦੇ ਰੱਖ ਰਹੇ ਹਾਂ, ਰੋਜ਼ ਉਹਨਾਂ ਨੂੰ ਮਿਲਣ ਵੀ ਕਹਿ ਦੀ ਆ ਰਹੇ ਹਾਂ, ਸਮਾਨ ਵੀ ਫੜਾ ਰਹੇ ਆ, ਇੱਥੋਂ ਜ਼ੋਰ ਜ਼ੋਰ ਕੇ ਬਾਹਰੋਂ ਸਿੱਟ ਵੀ ਰਹੇ ਆ, ਦੀਵਾਰਾਂ ਅਜਿਹੀਆਂ ਨਹੀਂ ਹੈਗੀਆਂ, ਇਹ ਪੋਸੀਬਲ ਹੈ ਕਿ ਇੱਥੇ? ਬਿਲਕੁਲ ਪੋਸੀਬਲ ਹੈਗਾ। ਅਨਫੋਰਚੁਨੇਟ ਗੱਲ ਇਹ ਹੈਗੀ ਹੈ ਕਿ ਜੇਲ੍ਹਾਂ ਜਿਹੜੀ ਪੰਜਾਬ ਦੀਆਂ ਹੈਗੀਆਂ ਨੇ ਪੁਰਾਣੇ ਸਮਾਂ ਦੀ ਹੈਗੀਆਂ ਨੇ, ਆਬਾਦੀ ਫੈਲ ਰਹੀ ਹੈਗੀ ਹੈ, ਜੇਲ੍ਹ ਦੇ ਆਲੇ ਦੁਆਲੇ ਹੋਰ ਮਕਾਨ ਬਣ ਗਏ, ਬਣੇ ਹੋਏ ਲੋਕ, ਹਾਈ ਰਾਈਜ਼ ਬਿਲਡਿੰਗਸ ਹੋ ਗਏ ਜਿਹਦੇ ਤੋਂ ਟੌਸਿੰਗ ਹੁੰਦੀ ਹੈ ਕੰਧ ਦੇ ਉੱਤੋਂ। ਇੱਥੇ ਮੈਂ ਪੁਆਇੰਟ ਦੇਣਾ ਚਾਹਾਂਗਾ ਬਾਦਲ ਸਾਹਿਬ ਨੂੰ ਵੀ, ਉਹਨਾਂ ਨੇ ਜਿਹੜੀ ਨਵੀਂ ਜੇਲ੍ਹਾਂ ਬਣਾਈਆਂ ਸਨ ਕਪੂਰਥਲੇ ਦੀ ਜੀ, ਉਹ ਫਰੀਦਕੋਟ ਦੀ, ਉਹ ਸ਼ਹਿਰ ਤੋਂ ਬਾਹਰ ਬਣਾਈ ਸੀ, ਪਰ ਉਹਦੇ 'ਚ ਨਾਲ ਇਹ ਵੀ ਵੇਖਣਾ ਚਾਹੀਦਾ ਹੈਗਾ, ਇਸ ਤਰ੍ਹਾਂ ਦਾ ਪ੍ਰੋਵੀਜ਼ਨ ਹੋਣਾ ਚਾਹੀਦਾ ਹੈ ਕਿ ਜਿਹੜੀ ਜੇਲ੍ਹ ਨਵੀਂ ਬਣੀ ਹੈਗੀ ਹੈ ਆਬਾਦੀ ਤੋਂ ਬਾਹਰ, ਉਹਦੇ 1.5-1.75 ਕਿਲੋਮੀਟਰ ਤੱਕ ਕੋਈ ਹੋਰ ਆਬਾਦੀ ਉੱਥੇ ਨਹੀਂ ਆਉਣੀ ਚਾਹੀਦੀ, ਵਰਨਾ ਆਉਣ ਵਾਲੇ 5-10 ਵਰ੍ਹਿਆਂ 'ਚ ਫਿਰ ਇਹੋ ਜਾਏਗਾ, ਆਲੇ ਦੁਆਲੇ ਫਿਰ ਮਕਾਨ ਬਣ ਜਾਣਗੇ, ਫਿਰ ਉਹੀ ਪ੍ਰੋਬਲਮ, ਤੁਸੀਂ ਰੋਜ਼ ਸ਼ਿਫਟ ਨਹੀਂ ਕਰ ਸਕਦੇ, ਉੱਥੇ ਜੇਲ੍ਹ ਬਣਾਉਣ 'ਚ ਪੈਸਾ ਲੱਗਦਾ ਹੈਗਾ। ਦੇਰ ਹੈਜ਼ ਟੂ ਬੀ ਅ ਕੰਸਾਈਜ਼ ਕਲੀਅਰ ਕੱਟ ਪੋਲਿਸੀ ਅਬਾਊਟ ਜੇਲ੍ਹ ਐਡਮਿਨਿਸਟ੍ਰੇਸ਼ਨ, ਜੇਲ੍ਹਾਂ ਦੀ ਜਿਹੜੀ ਬਣਾਵਟ ਹੋਣੀ ਹੈਗੀ ਹੈ, ਜੇਲ੍ਹਾਂ ਦਾ ਜਿਹੜਾ ਐਂਟਾਇਰ ਢਾਂਚਾ ਜਿਹੜਾ ਹੈਗਾ ਐਡਮਿਨਿਸਟ੍ਰੇਸ਼ਨ ਦਾ ਜੇਲ੍ਹਾਂ ਦਾ ਹੈਗਾ, ਉਹਦੇ ਬਾਰੇ ਇੱਕ ਪੋਲਿਸੀ ਹੋਣੀ ਚਾਹੀਦੀ ਹੈਗੀ ਹੈ ਜਿਹੜੀ ਕਿ ਪੰਜਾਬ 'ਚ ਨਹੀਂ ਹੈਗੀ ਹੈ, ਦੇ ਹੈਵ ਟੂ ਗੋ ਅਬਾਊਟ ਇਟ। ਔਰ ਇਸ ਕੇਸ ਦੇ ਵਿੱਚ ਸਿੱਧੀ ਗੱਲ, ਜੈਸੇ ਬਾਕੀ ਵੀ ਮੇਰੇ ਕੋਲ ਪੈਨਲਿਸਟ ਨੇ ਕਿਹਾ ਹੈਗਾ, ਟਾਈਮ ਬਾਉਂਡ ਦੇ ਇਨਕੁਆਇਰੀ ਕਰਕੇ ਜਿਨ੍ਹਾਂ ਦਾ ਦੋਸ਼ ਹੈਗਾ, ਗਿਵ ਦੇਮ ਡੈਟਰੈਂਟ ਪਨਿਸ਼ਮੈਂਟ। ਰਾਈਟ, ਐਗਜ਼ੈਂਪਲਰੀ ਪਨਿਸ਼ਮੈਂਟ ਚਾਹੀਦੀ ਹੈ, ਮਤਲਬ ਕਿ ਲੋਕਾਂ ਨੂੰ ਪਤਾ ਲੱਗ ਜਾਏ ਕਿ ਅਜਿਹਾ ਹੋਏਗਾ ਜੇ ਮਾੜਾ ਕੀਤਾ ਤਾਂ। ਇਹ ਬਹੁਤ ਲਾਜ਼ਮੀ ਬਣ ਜਾਂਦਾ, ਤਾਂ ਹੀ ਸਮਾਜ ਦੇ ਵਿੱਚ ਇੱਕ ਸੁਨੇਹਾ ਜਾਏਗਾ। ਸਿਮਰਨ ਜੀ, ਗੌਰਵ ਜੀ, ਕੱਲ ਆਪਾਂ ਗੱਲ ਕੀਤੀ ਸੀ ਉੜਤਾ ਪੰਜਾਬ ਫਿਲਮ ਬਣੀ ਸੀ ਇੱਕ ਨਸ਼ਿਆਂ ਦੇ ਉੱਤੇ, ਹਾਂਜੀ, ਤਾਂ ਉਹਦੇ ਅਗੇਂਸਟ ਅੱਜ ਮੈਂ ਗੱਲ ਕਹਿਣਾ ਚਾਹੁੰਦੀ ਹਾਂ ਕਿ ਨਾਇਕ ਫਿਲਮ ਆਈ ਸੀ ਅਨਿਲ ਕਪੂਰ ਜੀ ਦੀ, ਹਾਂਜੀ, ਜਿਹਦੇ 'ਚ ਉਹਨਾਂ ਨੇ ਪੂਰਾ ਦਿਖਾਇਆ ਸੀ ਕਿ 1 ਦਿਨ ਦਾ ਮੰਤਰੀ ਕੀ ਕੁਛ ਕਰ ਸਕਦਾ। ਉਹ ਇਸੇ ਕਰਕੇ ਬਣੀ ਸੀ ਕਿ 1 ਦਿਨ 'ਚ ਮੰਤਰੀ ਅਗਰ ਚਾਹੇ ਤਾਂ ਬਹੁਤ ਕੁਛ ਕਰ ਸਕਦਾ ਆ, ਜੇ ਉਹ ਕਰਨਾ ਚਾਹੇ ਤਾਂ। ਆਪਾਂ ਰੋਜ਼ ਇੱਕੋ ਗੱਲ ਕਰਦੇ ਹਾਂ ਵੀ ਆਪਣੇ ਕੈਪਟਨ ਸਾਹਿਬ ਜੇ ਕਰਨਾ ਚਾਹੁਣ ਬਹੁਤ ਕੁਛ ਕਰ ਸਕਦੇ ਆ, ਪਰ ਉਹਨਾਂ ਦੇ ਅੰਦਰੋਂ ਸ਼ਾਇਦ ਉਹਨਾਂ ਦਾ ਜ਼ਮੀਰ ਆਵਾਜ਼ ਹੀ ਨਹੀਂ ਦਿੰਦਾ ਕਿ ਮੈਂ ਆਪਣੇ ਪੰਜਾਬ ਲਈ ਕੁਛ ਕਰ ਸਕਾਂ।
ਸੋ ਸਭ ਤੋਂ ਵੱਡਾ ਤਾਂ ਜਿਹੜਾ ਸਾਡੇ ਲਈ ਡਰੋਬੈਕ ਹੈ ਉਹ ਸਭ ਤੋਂ ਵੱਡਾ ਸਾਡੇ ਕੈਪਟਨ ਸਾਹਿਬ ਨੇ ਜਿਹਨਾਂ ਨੂੰ ਬਿਲਕੁਲ ਵੀ ਜਿਹਨਾਂ ਦੇ ਕੰਨਾਂ ਦੇ ਉੱਤੇ ਕਹਿ ਲਓ ਕਿ ਜੂ ਨਹੀਂ ਰੇਂਗ ਰਹੀ ਅੱਜ ਵੀ ਉਹਨਾਂ ਨੂੰ ਕੋਈ ਅਸਰ ਨਹੀਂ, ਚਾਹੇ ਜਿੰਨਾ ਮਰਜ਼ੀ ਅਸੀਂ ਇੱਥੇ ਬੈਠ ਕੇ ਉਹਨਾਂ ਨੂੰ ਕਹੀ ਜਾਈਏ ਵੀ ਭਾਈ ਸੋਚ ਲਓ ਭਾਈ ਸੋਚ ਲਓ, ਪਰ ਨਹੀਂ ਮੈਨੂੰ ਲੱਗਦਾ ਨਹੀਂ ਵੀ ਉਹਨਾਂ ਨੇ ਕੋਈ ਇਹਦੇ 'ਤੇ ਐਕਸ਼ਨ ਲੈਣਾ, ਉਹ ਸਿਰਫ ਭਾਸ਼ਣਬਾਜ਼ੀ ਕਹਿ ਸਕਦੇ ਵੀ ਆਹ ਰਿਪੋਰਟ ਦੇ ਦਿਓ ਮੈਨੂੰ ਆਹ ਰਿਪੋਰਟ ਦੇ ਦਿਓ, ਐਕਚੁਅਲੀ 'ਚ ਜੋ ਕੰਮ ਹੋਣਾ ਚਾਹੀਦਾ ਉਹ ਨਹੀਂ ਕਰ ਰਹੇ। ਨਹੀਂ ਸਿਮਰਨ ਜੀ ਤੁਹਾਡੀ ਗੱਲ ਤਾਂ ਮੈਨੂੰ ਜਾਪ ਇਹ ਰਹੀ ਹੈ, ਤੁਹਾਡੀ ਤੁਹਾਡੀ ਗੱਲ ਤੁਸੀਂ ਨਾਇਕ ਨਾਇਕ ਫਿਲਮ ਦੀ ਗੱਲ ਕੀਤੀ, ਨਾਇਕ ਫਿਲਮ ਦੀ ਗੱਲ ਕੀਤੀ, ਮੈਨੂੰ ਲੱਗਦਾ ਨਹੀਂ ਮੈਂ ਇੰਡੀਆ ਦੇ ਵਿੱਚ ਕੋਈ ਐਸਾ ਅਜਿਹਾ ਸੀ ਐਮ ਵੇਖਿਆ ਹੋਏਗਾ ਕਿ ਉਹ ਨਾਇਕ ਵਰਗਾ ਕੰਮ ਉਹਨੇ ਕੀਤਾ ਹੋਣਾ, ਸਿਵਾਏ ਅਗਰ ਅਰਵਿੰਦ ਕੇਜਰੀਵਾਲ ਜੀ ਨੇ ਕੀਤਾ ਹੋਇਆ, ਮੈਨੂੰ ਪਤਾ ਨਹੀਂ ਉਹਨਾਂ ਨੇ ਕਿਸ ਤਰੀਕੇ ਨਾਲ ਉਹਨਾਂ ਨੇ ਦਿੱਲੀ 'ਚ ਕੀਤਾ, ਪਰ ਮੈਨੂੰ ਤਾਂ ਕਈ ਅਜਿਹਾ ਦੇਖਿਆ ਨਹੀਂ ਕਿ ਜਿਹੜੀ ਪੋਲੀਟੀਕਲ ਵਿਲ ਹੈ ਅਜਿਹਾ ਕਿ ਪੂਰਾ ਦਿਨ ਉਹ ਭੱਜ ਨੱਠ ਕਰ ਰਿਹਾ, ਸਾਰੀ ਜਗ੍ਹਾ 'ਤੇ ਆਪ ਹੀ ਪਹੁੰਚ ਰਿਹਾ, ਸਾਰੇ ਮੰਤਰੀਆਂ ਦਾ ਕੰਮ ਹੀ ਖੁਦ ਕਰੀ ਜਾਂਦਾ, ਅਤੇ ਅਜਿਹਾ ਤਾਂ ਮੈਨੂੰ ਤਾਂ ਵੈਸੇ ਕਦੀ ਦੇਖਿਆ ਨਹੀਂ, ਪਰ ਹੁਣ ਅਜਿਹਾ ਚਾਹੀਦਾ, ਸਿਆਸਤਦਾਨ ਅਜਿਹੇ ਹੋਣੇ ਚਾਹੀਦੇ ਆ ਜਿਹੜੇ ਰੋਲ ਮਾਡਲ ਦੀ ਆਪਾਂ ਗੱਲ ਕਰਦੇ ਸੀ। ਗੌਰਵ ਜੀ ਦੋ ਪੌੜੀਆਂ ਚੜ੍ਹ ਕੇ ਜਿਸ ਮੰਤਰੀ ਨੂੰ ਸਾਹ ਚੜ੍ਹ ਜਾਂਦਾ, ਗੌਰਵ ਜੀ ਦੋ ਸਾਡੇ ਕੈਪਟਨ ਸਾਹਿਬ ਅਗਰ ਚਾਰ ਪੌੜੀਆਂ ਚੜ੍ਹਾ ਦਿਓ ਨਾ ਤਾਂ ਉਹਨਾਂ ਨੂੰ ਸਾਹ ਚੜ੍ਹ ਜਾਂਦਾ ਆ, ਤੁਸੀਂ ਕੀ ਉਮੀਦ ਕਰਦੇ ਹੋ ਵੀ ਉਹ ਪਬਲਿਕ ਜਨਤਾ ਦੇ ਵਿੱਚ ਵਿਚਰ ਕੇ ਆਪਣੇ ਕੰਮ ਕਰ ਲੈਣਗੇ? ਉਹਨਾਂ ਤੋਂ ਤਾਂ ਆਪਣੇ ਨੀਚੇ ਵਾਲੇ ਜਿਹੜੇ ਐਡਮਿਨਿਸਟ੍ਰੇਸ਼ਨ ਆ ਉਹਨਾਂ ਕੋਲੋਂ ਕੰਮ ਨਹੀਂ ਕਰਾਇਆ ਜਾਂਦਾ ਵੀ ਘੱਟੋ ਘੱਟ ਆਰਡਰ ਦੇ ਕੇ ਕੰਮ ਕਰਾ ਲਓ, ਤੁਸੀਂ ਆਪ ਨਹੀਂ ਲੋਕਾਂ ਦੇ ਵਿੱਚ ਜਾ ਸਕਦੇ, ਜਨਤਾ ਦੇ ਵਿੱਚ ਜਾ ਸਕਦੇ, ਘੱਟੋ ਘੱਟ ਤੁਸੀਂ ਫੋਨ 'ਤੇ ਆਰਡਰ ਹੀ ਦੇ ਦਿਓ ਵੀ ਭਾਈ ਆਹ ਕਰ ਲਓ, ਉਹਨਾਂ ਕੋਲੋਂ ਤਾਂ ਉਹ ਵੀ ਨਹੀਂ ਹੁੰਦਾ ਪਿਆ, ਰਾਈਟ? ਫਿਰ ਆਪਾਂ ਕਿਹਨਾਂ ਕੋ ਉਮੀਦਾਂ ਰੱਖ ਸਕਦੇ ਹਾਂ? ਨਹੀਂ ਚਲੋ ਦੈਟ ਇਜ਼ ਅ ਸੈਪਰੇਟ ਇਸ਼ੂ, ਜੇਲ੍ਹਾਂ ਦੇ ਵਿੱਚ ਤੁਹਾਡੀ ਗੱਲ ਠੀਕ ਹੈ, ਚਲੋ ਅਸਲੇ ਨੇ ਉਹ ਕਿੱਥੋਂ ਆਉਂਦੇ ਨੇ ਜੇਲ੍ਹਾਂ ਦੇ ਵਿੱਚ? ਉਹ ਤਜਰਬੇ ਵਾਲੀ ਗੱਲ ਹੋ ਜਾਂਦੀ ਹੈ। ਠੀਕ ਹੈ ਸ਼ਸ਼ੀਕਾਂਤ ਜੀ, ਮੈਂ ਇੱਕ ਚੀਜ਼ ਜਾਣਨਾ ਚਾਹਾਂਗਾ, ਇਹ ਜਿਹੜੀਆਂ ਤਸਵੀਰਾਂ ਤੁਹਾਨੂੰ ਅਸੀਂ ਨਾਲ ਦਿਖਾ ਰਹੇ ਹਾਂ, ਜੋ ਤਸਵੀਰਾਂ ਦੇਖ ਦੇਖਦੇ ਯਾਦ ਆ ਰਹੇ, ਇਹ ਜਿਹੜੀ ਤਸਵੀਰਾਂ ਨਾਲ ਚੱਲ ਰਹੀਆਂ ਇਹ ਜੇਲ੍ਹ ਦੇ ਅੰਦਰਲੇ ਫੋਟੋਗ੍ਰਾਫਸ ਨੇ, ਵੀਡੀਓਜ਼ ਨੇ, ਆਹ ਜਿਹੜੇ ਖੁਦ ਕੈਦੀਆਂ ਨੇ ਬਣਾਈਆਂ, ਮਤਲਬ ਕਿ ਸਮਾਰਟਫੋਨ ਉਹਨਾਂ ਦੇ ਕੋਲ ਨੇ, ਝਗੜਾ ਵੀ ਆਪ ਹੀ ਕਰ ਰਹੇ ਨੇ, ਅਗਰ ਉਹਨਾਂ ਨੂੰ ਕੁੱਟ ਪੈ ਗਈ ਤਾਂ ਆਪ ਹੀ ਵੀਡੀਓ ਬਣਾ ਕੇ ਜੇਲ੍ਹ ਪ੍ਰਸ਼ਾਸਨ ਦੇ ਉੱਪਰ ਪੂਰਾ ਦੋਸ਼ ਲਗਾ ਕੇ ਅਤੇ ਆਪ ਹੀ ਉਹਨੂੰ ਵਾਇਰਲ ਵੀ ਕਰ ਰਹੇ ਨੇ, ਇਹ ਖੁਦ ਸਾਰਾ ਅੰਦਰੋਂ ਹੀ ਹੋ ਰਿਹਾ ਕੰਮ, ਬਾਹਰੋਂ ਦੀ ਲੋਹਾਲੇ ਕੋਈ ਵੀਡੀਓ ਵਾਲੀ ਗੱਲ ਨਹੀਂ ਹੈ, ਇਹ ਅੰਦਰੋਂ ਹੀ ਚੱਲ ਰਿਹਾ ਸਾਰਾ। ਦੇਖੋ ਇਸ ਅੰਦਰੋਂ ਚੱਲ ਰਿਹਾ ਹੈਗਾ, ਮੈਨੂੰ ਪਤਾ ਨਹੀਂ, ਮੈਨੂੰ ਕੋਈ ਦੱਸ ਰਿਹਾ ਸੀ ਕਿ ਤੁਸੀਂ ਯੂਟਿਊਬ 'ਤੇ ਵੇਖੋ ਉਨਾਓ ਜੇਲ੍ਹ ਦੇ ਬਾਰੇ, ਉਹਦੇ ਵਿੱਚ ਤਾਂ ਜੇ ਕੈਦੀ ਜਿਹੜੇ ਹੈਗੇ ਨੇ ਰਾਈਫਲਾਂ ਲੈ ਕੇ ਘੁੰਮ ਰਹੇ ਹੈਗੇ ਨੇ। ਅਨਫੋਰਚੁਨੇਟਲੀ ਪੋਜੀਸ਼ਨ ਜਿਹੜੀ ਹੈਗੀ ਹੈ ਜਾਂ ਪੰਜਾਬ ਦੀ ਜੇਲ੍ਹਾਂ ਹੈਗੀਆਂ ਨੇ, ਕਿਤੇ ਦੀ ਕੋਈ ਵੀ ਸਿਆਸਤਦਾਨ, ਮੈਂ ਟੌਪ ਸਿਆਸਤਦਾਨਾਂ ਦੀ ਗੱਲ ਕਰ ਰਿਹਾ, ਚੀਫ ਮਿਨਿਸਟਰ ਦੇ ਪਰਸਨਲ ਅਟੈਂਸ਼ਨ ਦੇ ਬਗੈਰ ਕੰਮ ਨਹੀਂ ਹੋ ਸਕਦਾ, ਦੇਰ ਇਜ਼ ਨੋ ਕੁਛ ਹੈ ਨਹੀਂ। ਔਰ ਇਹ ਜਿਹੜੀ ਗੱਲ ਹੈਗੀ ਹੈ ਸਟੇਟਸ ਵਗੈਰਾ ਅਪਲੋਡ ਕਰਨ ਦੀ ਐਂਡ ਆਲ ਦੋਸ, ਇਹ ਤਾਂ ਕਾਫੀ ਸਮਾਂ ਤੋਂ ਚੱਲ ਰਿਹਾ ਹੈਗਾ। ਔਰ ਵਿਚਕਾਰ ਇੱਕ ਵਾਰੀ ਸਟ੍ਰਿਕਨੈਸ ਹੋਈ ਸੀ ਅਤੇ ਉਹਦੇ ਬਾਅਦ ਜਿਹੜੇ ਵਾਰਡਰਸ ਹੁੰਦੇ ਸਨ ਉਹ ਆਪਣਾ ਫੋਨ ਦਿੰਦੇ ਸੀ ਕਿਰਾਏ 'ਤੇ, ਇੱਕ ਵਾਰੀ ਇੱਕ ਕਾਲ ਕਰਨੀ ਇਹਦੇ ਇੰਨੇ ਪੈਸੇ, ਕੋਈ ਇੱਕ ਤੁਹਾਨੂੰ ਮੈਸੇਜ ਭੇਜਣਾ ਹੈਗਾ, ਆਪਣਾ ਸਟੇਟਸ ਅਪਡੇਟ ਕਰਨਾ, ਉਹਦੇ ਇੰਨੇ ਪੈਸੇ। ਬੇਸਿਕਲੀ ਗੱਲ ਹੈਗੀ ਹੈ ਕਿ ਜੇਲ੍ਹ ਐਡਮਿਨਿਸਟ੍ਰੇਸ਼ਨ ਜਿਹੜਾ ਹੈਗਾ ਇਜ਼ ਟੋਟਲੀ ਰੋਟਨ, ਪੂਰਾ ਸਕ੍ਰੰਬਲਿੰਗ ਡਾਊਨ, ਕਰੰਬਲ ਡਾਊਨ ਕਰ ਰਿਹਾ ਹੈਗਾ। ਅਤੇ ਇੱਕ ਵਾਰੀ ਜਿਹਨੂੰ ਤੁਸੀਂ ਹਿਲਾ ਕੇ ਜਿੰਨਾ ਕਰੰਬਲ ਕਰਾ ਸਕਦੇ ਹੋ ਕਰਾ ਕੇ ਉਹਨੂੰ ਨਵੇਂ ਸਿਰੇ ਤੋਂ ਬਣਾਓ, 311 ਲਾਓ, ਦੈਟਸ ਵਾਟ ਆਮ ਸੀਰੀਅਸਲੀ ਸੇਇੰਗ, ਡਿਸਮਿਸ ਕਰੋ ਸਿੱਧਾ, ਕੋਈ ਗੱਲ ਨਹੀਂ। 96 ਬੰਦੇ ਜਿਸ ਤੇ ਮੈਂ ਕਿਹਾ ਮੈਂ ਲਿਸਟ ਬਣਾਈ ਸੀ ਜਿਹੜੀ ਅੱਧੇ ਘੰਟੇ 'ਚ ਕੈਂਸਲ ਹੋ ਗਈ ਸੀ, ਜਦੋਂ ਕਿ ਗੱਲ ਹਾਈ ਕੋਰਟ ਦੇ ਨੋਟਿਸ ਦੇ ਵਿੱਚ ਸੀ। ਬਟ ਟੇਕ ਐਕਸ਼ਨ, ਜਦੋਂ ਐਕਸ਼ਨ ਨਹੀਂ ਲੈਣਾ ਹੈਗਾ ਤਾਂ ਫਿਰ ਇਹੀ ਹੋਏਗਾ, ਫਿਰ ਸ਼ਸ਼ੀਕਾਂਤ ਜੀ ਤੁਹਾਡਾ ਆਪਣਾ ਜਿਹੜਾ ਤਜਰਬਾ, ਤੁਸੀਂ ਥੋੜ੍ਹੇ ਸਖ਼ਤ ਮੰਨੇ ਜਾਂਦੇ ਸੀਗੇ ਅਤੇ ਤੁਸੀਂ ਤਾਂ ਸਾਰਿਆਂ ਦੇ ਲਈ ਵਿਲੇ ਨਹੀਂ ਹੋਵੋਗੇ ਕਿ ਨਾ ਤਾਂ ਇਹ ਅਫਸਰ ਖਾਂਦਾ ਹੈ, ਡੀ ਜੀ ਪੀ ਲੱਗ ਗਿਆ ਵਿਭਾਗ ਦਾ, ਨਾ ਹੀ ਸਾਨੂੰ ਖਾਣ ਦਿੰਦਾ, ਤੁਸੀਂ ਤਾਂ ਮਤਲਬ ਤਾਂ ਵਿਲੇ ਨੰਬਰ 1 ਹੋਵੋਗੇ ਆਪਣੇ ਡਿਪਾਰਟਮੈਂਟ ਦੇ, ਕਿਉਂਕਿ ਅਜਿਹਾ ਅਫਸਰ ਹੋਵੇ ਜਿਹੜਾ ਇਮਾਨਦਾਰੀ ਦੀ ਗੱਲ ਕਰਦਾ ਹੋਵੇ ਅਤੇ ਉਹ ਗੱਲ ਕਹਿੰਦਾ ਹੋਵੇ ਜਿਹੜੇ ਲੋਕਾਂ ਦੇ ਹਿੱਤੀ 'ਚ ਪਰ ਉਹਨਾਂ ਦੇ ਨਹੀਂ, ਕਿਉਂਕਿ ਉਹਨਾਂ ਨੇ ਤਾਂ ਪੈਸੇ ਖਾਣੇ, ਤੁਹਾਡੇ ਲਈ ਤਾਂ ਚੈਲੇਂਜਿੰਗ ਹੋਏਗਾ। ਮੈਂ ਤੁਹਾਡਾ ਤਜਰਬਾ ਜਾਣਨਾ ਚਾਹ ਰਿਹਾ, ਕੋਈ ਲੋਕ ਤੁਹਾਨੂੰ ਸੁਣਦੇ? ਇਟਸ ਵੈਰੀ ਚੈਲੇਂਜਿੰਗ, ਨੋ ਡਾਊਟ ਅਬਾਊਟ ਇਟ। ਜਿਸ ਤਰ੍ਹਾਂ ਮੈਂ ਕਿਹਾ ਕਿ ਮੇਰੇ ਕੋਲੋਂ ਜਦੋਂ ਅਸੀਂ ਸ਼ੁਰੂ ਕੀਤਾ ਸੀ ਜੇਲ੍ਹਾਂ ਦੇ ਵਿੱਚ ਸੁਧਾਰ ਕਰਨ ਦੀ ਗੱਲ, ਉਹ ਸਾਰਾ ਪਾਵਰਸ ਚਲੀ ਗਈਆਂ ਸਨ ਕਿ ਮੈਂ ਇੱਕ ਕਾਂਸਟੇਬਲ ਦਾ ਟ੍ਰਾਂਸਫਰ ਨਹੀਂ ਕਰ ਸਕਦਾ ਸੀ, ਐਕਸ਼ਨ ਤਾਂ ਲੈਣ ਦੀ ਗੱਲ ਕਰੋ, ਆਈ ਵਾਸ ਜਸਟ ਕਹਿੰਦੇ ਸਨ ਕਿ ਦਸਤਖਤ ਕਰ ਦਿਓ, ਮੈਂ ਦਸਤਖਤ ਕਰਨੇ ਬੰਦ ਕਰ ਦਿੱਤੇ ਸੀ, ਮੈਂ ਕਿਹਾ ਕਰਾ ਲਿਓ ਮੰਤਰੀ ਤੋਂ ਕਰਾ ਲਿਓ ਦਸਤਖਤ, ਮੈਂ ਤਾਂ ਨਹੀਂ ਕਰਦਾ।
ਸ਼ਰਮਾ ਜੀ ਦੇਖੋ, ਫਿਰ ਇਮਾਨਦਾਰ ਅਫਸਰ ਜਦੋਂ ਲੱਗ ਜਾਂਦੇ ਫਿਰ ਅਜਿਹਾ ਹੁੰਦਾ, ਫਿਰ ਸਾਰਿਆਂ ਨੂੰ ਤਕਲੀਫਾਂ ਆਉਣੀ ਸ਼ੁਰੂ ਹੋ ਜਾਂਦੀਆਂ, ਫਿਰ ਕੰਮ ਹੋਊਗਾ ਕਿੱਦਾਂ? ਗੱਲਾਂ ਤਾਂ ਬੜੀ ਮਿੱਠੀ ਮਿੱਠੀਆਂ ਆਪਾਂ ਵਧੀਆ ਭਾਰੀ ਭਾਰੀ ਕਰ ਰਹੇ ਕਿਤਾਬੀ, ਕੰਮ ਕਿਵੇਂ ਹੋਏਗਾ? ਤੁਹਾਡੀ ਸਰਕਾਰ ਦੀ ਗੱਲ ਨਹੀਂ ਕਰ ਰਿਹਾ, ਤੁਹਾਡੀ ਸਰਕਾਰ 'ਚ ਸੀਗੇ, ਪਰ ਮੈਂ ਹੁਣ ਦੀ ਵੀ ਗੱਲ ਕਰ ਰਿਹਾ, ਆਲਮ ਅੱਜ ਵੀ ਉਹੀ ਹੈ। ਗੌਰਵ ਜੀ, ਜੇ ਇਸ ਤਰ੍ਹਾਂ ਦੇ ਜਿਹੜੇ ਇਸ਼ੂ ਹੁੰਦੇ ਆ ਜਿਹੜੇ ਡਾਇਰੈਕਟਲੀ ਸਮਾਜ ਨਾਲ ਰਿਲੇਟਡ ਹੈਗੇ ਆ, ਮੈਂ ਸਮਝਦਾ ਵੀ ਸਰਕਾਰਾਂ ਦੇ ਆ ਪਾਰਟੀਆਂ ਤੋਂ ਉੱਪਰ ਉੱਠ ਕੇ ਹੋਣੇ ਚਾਹੀਦੇ ਆ, ਡਿਸਕਸ ਹੋਣੇ ਚਾਹੀਦੇ ਨਾ। ਸ਼ਰਮਾ ਜੀ ਜਨਰਲਾਈਜ਼ ਨਾ ਕਰੋ, ਮੈਂ ਤੁਹਾਡੀ ਗੱਲ ਤੋਂ ਇਤਫਾਕ ਰੱਖ ਰਿਹਾ, ਕੋਸ਼ਿਸ਼ ਕਰ ਤੁਸੀਂ ਜੋ ਕਹਿਣਾ ਚਾਹ ਰਹੇ ਹੋ ਮੈਂ ਪਹਿਲੇ ਇਤਫਾਕ ਰੱਖ ਰਿਹਾ। ਇੱਕ ਮਿੰਟ ਗੌਰਵ ਜੀ, ਹਾਂ, ਪਰ ਇਹ ਹੁੰਦਾ ਕਿਉਂ ਨਹੀਂ? ਸਵਾਲ ਤੇ ਇਹ ਖੜਾ ਹੋ ਰਿਹਾ, ਤੁਸੀਂ ਬੜਾ ਚੰਗਾ ਕਹਿ ਰਹੇ ਹੋ, ਮੈਨੂੰ ਚੰਗਾ ਲੱਗ ਰਿਹਾ ਸੁਣ ਕੇ, ਇਮਾਨਦਾਰ ਅਫਸਰ ਦੀ ਗੱਲ ਕਰ ਰਹੇ ਹੋ, ਕਿਉਂ ਨਹੀਂ ਪਾ ਰਿਹਾ? ਦਿੱਕਤ ਕਿੱਥੇ ਆ ਰਹੀ ਸਾਨੂੰ? ਗੌਰਵ ਜੀ, ਸਮਾਜ ਆਪਣੇ ਆਪ ਹੀ ਕਰ ਦੇਗਾ ਹੌਲੀ ਹੌਲੀ, ਜੇ ਇਸ ਤਰ੍ਹਾਂ ਦੇ ਸੁਧਾਰ ਜਦ ਹੋਣੇ ਆ ਲੋਕ ਉੱਠ ਪੈਣਗੇ, ਲੋਕਾਂ ਨੇ ਆਪਣੇ ਆਪ ਕਰ ਦੇਣੇ ਆ। ਅਗਰ ਇਮਾਨਦਾਰ ਅਫਸਰ ਔਰ ਇਮਾਨਦਾਰ ਪੋਲੀਟੀਸ਼ੀਅਨ, ਇਹਨਾਂ ਦੀ ਘਾਟ ਜ਼ਰੂਰ ਹੈਗੀ ਆ, ਨੋ ਡਾਊਟ, ਇਹਦੇ ਵਾਸਤੇ ਕੋਈ ਇਹਦੇ ਸ਼ੰਕਾ ਨਹੀਂ ਹੈ ਮਾਸਲੇ 'ਚ। ਔਰ ਜਿਹੜੇ ਇਮਾਨਦਾਰ ਹੈਗੇ ਉਹਨਾਂ ਨੂੰ ਬੜੀ ਪ੍ਰੋਬਲਮ ਝੱਲਣੀ ਪੈਂਦੀ ਹੈ, ਇਹਦੇ 'ਚ ਵੀ ਕੋਈ ਡਾਊਟ ਨਹੀਂ। ਪਰੰਤੂ ਜੇ ਰੂਲਿੰਗ ਗੌਰਮੈਂਟ ਦੀ, ਮੈਂ ਮੁੱਖ ਤੌਰ 'ਤੇ ਜੋ ਲੋਕ ਜ਼ਿੰਮੇਵਾਰੀ ਸੌਂਪਦੇ ਆ, ਸਾਡਾ ਇੱਕ ਸਿਸਟਮ ਹੈ, ਲੋਕਾਂ ਨੇ ਇੱਕ ਜ਼ਿੰਮੇਵਾਰ ਸਰਕਾਰ ਚੁਣਤੀ, ਉਹ ਕੋਈ ਵੀ ਚੁਣਤੀ ਉਹਦੀ ਜ਼ਿੰਮੇਵਾਰੀ ਬਣਦੀ ਹੈ ਕਿ ਲੋਕਾਂ ਦੇ ਜਾਨ ਔਰ ਮਾਲ ਦੀ ਰਾਖੀ ਕਰੇ। ਜਿਹੜੀ ਸਰਕਾਰ ਲੋਕਾਂ ਦੇ ਜਾਨ ਔਰ ਮਾਲ ਦੀ ਰਾਖੀ ਨਹੀਂ ਕਰ ਸਕਦੀ, ਮੈਂ ਸਮਝਦਾ ਮੈਨੂੰ ਕੁਰਸੀ 'ਤੇ ਬੈਠਣ ਦਾ ਵੀ ਕੋਈ ਅਖਤਿਆਰ ਨਹੀਂ। ਲੋਕਾਂ ਨੇ ਬੜੇ ਭਰੋਸੇ ਨਾਲ ਲੋਕ ਸਰਕਾਰ ਨੂੰ ਚੁਣਦੇ ਆ, ਔਰ ਲੋਕ ਇਸ ਗੱਲ ਦੀ ਉਮੀਦ ਕਰਦੇ ਆ ਕਿ ਸਰਕਾਰ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰੇਗੀ। ਹੁਣ ਜਿਹੜਾ ਐਡਮਿਨਿਸਟ੍ਰੇਸ਼ਨ ਹੈ, ਅਸੀਂ ਐਡਮਿਨਿਸਟ੍ਰੇਸ਼ਨ ਸੁਧਾਰਾਂ ਦੀ ਗੱਲ ਕਰਦੇ ਹਾਂ, ਜਿਸ ਤਰ੍ਹਾਂ ਸ਼ਸ਼ੀਕਾਂਤ ਜੀ ਨੇ ਕੀਤੀ ਆ, ਸਵਾਲ ਇਹ ਪੈਦਾ ਹੁੰਦਾ ਗੌਰਵ ਜੀ, ਉਹ ਸੁਧਾਰ ਕੌਣ ਕਰੇਗਾ? ਇਹੀ ਤਾਂ ਮੈਂ ਜਿਹੜੇ ਕੁਰਸੀਆਂ ਤੇ ਬੈਠੇ ਆ, ਜਿਹੜੇ ਜ਼ਿੰਮੇਵਾਰ ਹੈ, ਆਫਟਰ ਆਲ ਉਹਨਾਂ ਨੂੰ ਐਕਸ਼ਨ ਲੈਣਾ ਪੈਣਾ ਹੈ, ਔਰ ਜੇ ਔਰ ਉਹ ਐਕਸ਼ਨ ਨਹੀਂ ਲੈ ਰਹੇ ਜਿਸ ਕਾਰਨ ਇਹ ਹਾਲਾਤ ਪੈਦਾ ਹੋ ਰਹੇ ਆ, ਮੈਂ ਸਮਝਦਾ ਵੀ ਉਹਨਾਂ ਨੂੰ ਐਕਸ਼ਨ ਲੈਣਾ ਵੀ ਚਾਹੀਦਾ, ਔਰ ਸੀਰੀਅਸ ਇਸ ਮਾਮਲੇ ਦੀ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਹੈ, ਜੋ ਵੀ ਉਹਦੇ ਵਾਸਤੇ ਦੋਸ਼ੀ ਹੋਵੇ ਉਹਨੂੰ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ, ਤਾਂ ਕਿ ਬਾਕੀਆਂ ਨੂੰ ਸਬਕ ਮਿਲ ਸਕੇ। ਐਕਸ਼ਨ ਲੈਣਾ ਚਾਹੀਦਾ, ਮੌਕੇ ਦੀ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਲੋਕਾਂ ਦੀ ਭਾਵਨਾਵਾਂ ਦੀ ਕਦਰ ਕਰੇ। ਅਕਾਲੀ ਦਲ ਦੇ ਵੇਲੇ ਜੇਲ੍ਹ ਬ੍ਰੇਕ ਹੋਇਆ, ਅਕਾਲੀ ਦਲ ਦੇ ਵੱਲੋਂ ਗਲਤੀਆਂ ਹੋਈਆਂ, ਲੋਕਾਂ ਨੇ ਸਮਝ ਲਿਆ ਇਹਨਾਂ ਨੂੰ ਚਲਤਾ ਕਰਦਾ, ਅਕਾਲੀ ਦਲ ਪਿੱਛੇ ਹੋ ਗਿਆ, 14 ਸੀਟਾਂ 'ਤੇ ਆ ਗਿਆ। ਕਾਂਗਰਸ ਸਰਕਾਰ ਨੂੰ ਭਰੋਸਾ ਜਿਤਾਇਆ ਇਹਨਾਂ ਦੇ ਉੱਪਰ, 78 ਸੀਟਾਂ ਇਹਨਾਂ ਨੂੰ ਦੇ ਦਿੱਤੀਆਂ, ਵੱਡੀ ਮੈਂਡੇਟ ਲੈ ਕੇ ਬੈਠ ਗਏ, ਪਰ ਕੰਮ ਇਹਨਾਂ ਨੇ ਵੀ ਕੁਛ ਨਹੀਂ ਕੀਤਾ ਜੋ ਦਿਖਾਈ ਦੇ ਰਿਹਾ। ਜੋ ਅੱਜ ਆਲਮ ਹੈ ਬਿਲਕੁਲ ਵੈਸੇ ਦਾ ਵੈਸਾ ਹੀ ਹੈ ਜੋ ਹੋਇਆ ਸੀਗਾ ਮਿੱਤਲ ਸਾਹਿਬ। ਤੇ ਫਿਰ ਜਦ ਗੱਲ ਇਹ ਹੈ ਕਿ ਇਹਨਾਂ ਨੇ ਤੁਸੀਂ ਨਹੀਂ ਕੀਤਾ, ਤੁਹਾਡੀ ਸਰਕਾਰ ਸੀ, ਤੁਹਾਨੂੰ ਪਰੇ ਕਰਤਾ ਲੋਕਾਂ ਨੇ, ਹੁਣ ਜਿਹੜੀ ਮੌਜੂਦਾ ਅਗਰ ਇਹ ਵੀ ਸਬਕ ਨਹੀਂ ਲੈਣਗੇ ਤੇ ਇਹਨਾਂ ਨੂੰ ਵੀ ਚਲਦਾ ਕਰ ਦੇਣਗੇ। ਗੌਰਵ ਜੀ, ਥੋੜਾ ਪਿੱਛੇ ਯਾਦ ਕਰੋ, ਜਦੋਂ ਸਰਕਾਰ ਬਣੀ ਸੀ ਉਸ ਤੋਂ ਥੋੜੀ ਦੇਰ ਬਾਅਦ, ਹਾਂਜੀ, ਰੰਧਾਵਾ ਸਾਹਿਬ ਦਾ ਇੱਕ ਬਿਆਨ ਆਇਆ ਸੀ, ਮੇਰੇ ਕੋਲ 20 ਸੈਕਿੰਡਸ ਹੈ ਟੂ ਵਾਈਂਡ ਅਪ ਦਾ ਸ਼ੋ। ਹਾਂਜੀ ਹਾਂਜੀ ਹਾਂਜੀ, ਮੇਰੀ ਕੋਈ ਗੱਲ ਨਹੀਂ ਸੁਣਦਾ, ਹਾਂਜੀ ਮੇਰੀ ਬਿਲਕੁਲ ਕਿ ਮੇਰੀ ਕੋਈ ਗੱਲ ਨਹੀਂ ਸੁਣਦਾ, ਮੇਰੀ ਕੋਈ ਕਾਰ ਮੇਰੀ ਗੱਲ ਨਹੀਂ ਸੁਣੀ ਜਾਂਦੀ, ਬੜਾ ਲੰਬਾ ਚੌੜਾ ਰੰਧਾਵਾ ਸਾਹਿਬ ਦਾ ਬਿਆਨ ਆਇਆ ਸੀ ਬਤੌਰ ਜੇਲ੍ਹ ਮੰਤਰੀ। ਸਹੀ ਗੱਲ ਹੈ, ਮੇਰੀ ਕੋਈ ਗੱਲ ਨਹੀਂ ਸੁਣਦਾ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਨਹੀਂ ਠੀਕ ਹੈ, ਹਾਂ ਸਹੀ ਹੈ, ਚੁੱਪ ਕਰ ਗਏ, ਸਮਝਾ ਦਿੱਤਾ ਗਿਆ ਉਹਨਾਂ ਨੂੰ, ਠੀਕ ਹੈ, ਸਮਾਂ ਖਤਮ ਹੋ ਗਿਆ। ਅਰਵਿੰਦ ਜੀ, ਮੈਂ ਤੁਹਾਡੀ ਗੱਲ ਸਮਝ ਗਿਆ, ਆਈ ਗੋਟ ਯਰ ਪੁਆਇੰਟ। ਕਹਿਣ ਦਾ ਭਾਵ ਹੈ ਕਿ ਸਰਕਾਰਾਂ ਜਿਹੜੀਆਂ ਨੇ ਲੋਕਾਂ ਦਾ ਭਰੋਸਾ ਜਿੱਤ ਕੇ ਆਉਂਦੀਆਂ, ਜੇ ਭਰੋਸੇ ਨੂੰ ਕਾਇਮ ਨਹੀਂ ਰੱਖਣਗੀਆਂ ਤਾਂ ਲੋਕਾਂ ਦੇ ਕੋਲ ਬਟਨ ਹੈਗਾ ਉਹਨਾਂ ਨੂੰ ਬਦਲਣ ਦਾ, ਤੇ ਇਸ ਕਰਕੇ ਬਿਹਤਰ ਹੈ ਕਿ ਸਬਕ ਲੈਣ, ਸਮਝਦਾਰ ਬਣਨ, ਇਹ ਸਰਕਾਰਾਂ ਮੰਤਰੀ ਸਾਹਿਬ ਵੀ ਜਾਣ ਤੇ ਕੁਛ ਕਰਨ। ਵੱਡਾ ਸਵਾਲ ਹੈ, ਕੁਛ ਕਰਨ ਨਹੀਂ, ਬਹੁਤ ਕੁਛ ਕਰਨ। ਤੁਸੀਂ ਸਾਰੇ ਆਏ ਗੱਲਬਾਤ ਕੀਤੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਜਾਜ਼ਤ ਦਿਓ, ਧੰਨਵਾਦ।